ਜਿਸ ਪਿੰਜਰ ਮੈਂ ਬਿਰਹਾ ਨਹੀਂ ਸੋ ਪਿੰਜਰ ਲੈ ਜਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਤਸਲ ਕਿਰਪਾ ਨਿਧਾਨ, ਜੁਗੋ ਜੁਗ ਅਟਲ ਪ੍ਰਗਟ ਗੁਰਾਂ ਕੀ ਦੇਹ ਪ੍ਰਤੱਖ ਹਰ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਰਮ ਪਵਿੱਤਰ ਸਤਸੰਗਤ ਹਜ਼ੂਰੀ ਦੇ ਅੰਦਰ ਨਵੇਂ ਪਾਤਸ਼ਾਹ ਸ਼ਹੀਦ ਸਤਿਗੁਰੂ ਧਰਮ ਰੱਖਿਅਕ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਮਹਾਨ ਪਾਵਨ ਪਵਿੱਤਰ ਤਪ ਅਸਥਾਨ ਗੁਰਦੁਆਰਾ ਸ੍ਰੀ ਭੋਰਾ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਦੇ ਸਮੇਂ ਤੋਂ ਸਜੇ ਹੋਏ ਦੀਵਾਨਾਂ 'ਚ ਹਾਜ਼ਰੀਆਂ ਭਰ ਰਹੇ, ਦਰਸ਼ਨ ਦੀਦਾਰੇ ਕਰ ਰਹੇ ਗੁਰੂ ਕਾ ਖਾਸ ਰੂਪ ਖਾਲਸਾ ਸਾਧ ਸੰਗਤ ਜੀ, ਆਓ ਸਤਿਗੁਰਾਂ ਦੀਆਂ ਬਖਸ਼ਿਸ਼ਾਂ ਹੋ ਰਹੀਆਂ ਹਨ। ਝਿਮ ਝਿਮ ਅੰਮ੍ਰਿਤ ਵਰਸ ਦਾ ਨਾਮ, ਅੰਮ੍ਰਿਤ ਦੀ ਵਰਖਾ ਹੋ ਰਹੀ ਹੈ। ਨੂਰ ਅਰਸੋਂ ਕੁਰਸੋਂ ਝੱਟੀ ਹੈ ਮਹਾਰਾਜ ਸਾਹਿਬ ਜੀ ਦੇ ਪਾਵਨ ਦਰਬਾਰ ਦੇ ਵਿੱਚ। ਇਲਾਹੀ ਨੂਰ, ਉਹ ਆਨੰਦ, ਉਹ ਖੇੜਾ ਪ੍ਰਾਪਤ ਹੁੰਦਾ ਜਦੋਂ ਬਿਰਤੀ ਜੁੜ ਜਾਵੇ, ਜੋ ਕਿਸੇ ਪਦਾਰਥ ਨੂੰ ਪ੍ਰਾਪਤ ਕਰਕੇ ਆਨੰਦ ਨਹੀਂ ਹੋ ਸਕਦਾ। ਅਤੇ ਪਾਤਸ਼ਾਹ ਦੀ ਪਵਿੱਤਰ ਗੁਰਬਾਣੀ ਦੇ ਆਨੰਦ ਨੂੰ ਮਾਨਣ ਵਾਸਤੇ ਆਓ। ਜਿਵੇਂ ਕੀਰਤਨ ਦੇ ਵਿੱਚ ਹਾਜ਼ਰੀਆਂ ਭਰੀਆਂ ਨੇ, ਲੜੀਵਾਰ ਗੁਰਬਾਣੀ ਦੀ ਵਿਚਾਰ ਵਿੱਚ ਹਾਜ਼ਰੀ ਭਰੀਏ। ਸਤਿਗੁਰੂ ਮਹਾਰਾਜ ਸਾਹਿਬ ਜੀ ਬਖਸ਼ਿਸ਼ਾਂ ਕਰਨ, ਸੁਰਤੀਆਂ ਬਿਰਤੀਆਂ ਕਰੋ ਇਕਾਗਰ। ਸਾਰੀ ਸੰਗਤ ਹੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਦੂਜਾ। ਜੋ ਸਿਰ ਸਾਈ ਨਾਨਵੈ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਰਮ ਪਵਿੱਤਰ ਅੰਗ 99 ਦੇ ਉੱਤੇ ਸ੍ਰੀ ਰਾਗ ਦੇ ਵਿੱਚ ਅੱਜ ਦਾ ਪਾਵਨ ਪਵਿੱਤਰ ਉਪਦੇਸ਼ ਸੁਭਾਏ ਮਾਨ ਹੈ। ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਦੂਸਰਾ ਇਹ ਸ਼ਬਦ, ਦੂਸਰਾ ਸਲੋਕ ਆਇਆ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਹੁਣ ਤੀਕਰ। ਸਲੋਕ ਮਹੱਲਾ ਦੂਜਾ। ਦੂਜੇ ਪਾਤਸ਼ਾਹ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਜੀ ਖਡੂਰ ਸਾਹਿਬ ਦੀ ਧਰਤੀ 'ਤੇ ਸੁਭਾਏ ਮਾਨ ਸਨ। ਉੱਥੇ ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਕਈ ਐਸੇ ਵੀ ਨੇ ਜਿਹੜੇ ਵੇਖੋ ਸੰਗਤ ਨੂੰ ਆ ਕੇ ਨਮਸਕਾਰ ਨਹੀਂ ਕਰਦੇ, ਗੁਰੂ ਨੂੰ ਨਮਸਕਾਰ ਨਹੀਂ ਕਰਦੇ। ਅਤੇ ਗਰੀਬ ਨਿਵਾਸ ਸਤਿਗੁਰੂ ਜੀ ਆਪ ਜੀ ਕਿਰਪਾ ਕਰਕੇ ਦੱਸੋ ਉਹਨਾਂ ਦੀ ਹਾਲਤ ਕੀ ਹੁੰਦੀ ਹੈ ਜਿਹੜੇ ਪਰਮੇਸ਼ਰ ਅੱਗੇ ਸਾਧ ਸੰਗਤ ਅੱਗੇ ਝੁਕਦੇ ਨਹੀਂ ਹਨ। ਤਾਂ ਧੰਨ ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਜੀ ਨੇ, ਕਿਉਂਕਿ ਸੁਣ ਸਮਾਧੀਆਂ ਦੇ ਵਿੱਚ ਦਰਸ਼ਨ ਕਰਨ ਗਏ ਸਨ ਅਤੇ ਰਸਤੇ ਵਿੱਚ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਉਹ ਪੁਰਖਾਂ ਦੇ ਵੀ ਦਰਸ਼ਨ ਕਰਾਏ ਸੀ ਜਿਹੜੇ ਕਿੱਲੇ ਠੁਕੇ ਹੋਏ ਸਨ ਉਹਨਾਂ ਦੀ ਧੌਣ ਵਿੱਚ।
ਅਤੇ ਮਹਾਰਾਜ ਨੂੰ ਪੁੱਛਿਆ ਸੀ ਗੁਰੂ ਨਾਨਕ ਦੇਵ ਜੀ ਨੂੰ ਵੀ ਮਹਾਰਾਜ ਉਹ ਕਿੱਲੇ ਠੁੱਗਿਆਂ ਵਾਲੇ ਕੌਣ ਸਨ? ਤਾਂ ਸਤਿਗੁਰਾਂ ਦੱਸਿਆ ਵੀ ਇਹ ਉਹ ਪੁਰਖ ਨੇ ਜਿਨ੍ਹਾਂ ਨੇ ਕਦੀ ਪਰਮੇਸ਼ਰ ਸਾਧ ਸੰਗਤ ਅੱਗੇ ਸਿਰ ਨਹੀਂ ਚੁਕਾਇਆ, ਜਿਹੜੇ ਗੁਰੂ ਨੂੰ ਸੀਸ ਨਹੀਂ ਨਵਾਉਂਦੇ, ਨਮਸਕਾਰ ਨਹੀਂ ਕਰਦੇ, ਉਹਨਾਂ ਦੀ ਹਾਲਤ ਐਸੀ ਹੁੰਦੀ ਹੈ। ਤਾਂ ਇੱਥੇ ਸਿੱਖਾਂ ਨੇ ਜਦੋਂ ਪੁੱਛਿਆ ਮਹਾਰਾਜ ਉਹਨਾਂ ਦੀ ਹਾਲਤ ਕੀ ਹੈ ਜਿਹੜੇ ਨਮਸਕਾਰ ਨਹੀਂ ਕਰਦੇ, ਜਿਹੜੇ ਸਿਰ ਨਹੀਂ ਝੁਕਾਉਂਦੇ, ਤਾਂ ਗੁਰੂ ਅੰਗਦ ਦੇਵ ਸਾਹਿਬ ਜੀ ਬਖਸ਼ਿਸ਼ ਕਰਦੇ ਹਨ, ਸੋ ਸਿਰ ਦੀ ਜੈ ਡਾਰ, ਜੋ ਸਿਰ ਸਾਈ ਨਾਨਵੈ। ਜਿਹੜਾ ਸਿਰ ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਜੀ ਕਹਿੰਦੇ ਵੀ ਆਪਣੇ ਸਤਿਗੁਰੂ ਸਾਹਿਬ ਅੱਗੇ, ਸਤਿਗੁਰੂ ਦੇ ਰਾਹੀਂ ਸਾਈ ਵਾਹਿਗੁਰੂ ਅੱਗੇ ਨਿਭਦਾ ਨਹੀਂ ਹੈ, ਜਿਹੜੇ ਪਰਮੇਸ਼ਰ ਨੂੰ ਨਮਸਕਾਰ ਨਹੀਂ ਕਰਦੇ, ਝੁਕਦੇ ਨਹੀਂ ਹਨ। ਸੋ ਸਿਰ ਦੀ ਜੈ ਡਾਰ, ਉਹ ਜਿਹੜਾ ਸਿਰ ਹੈ ਮਹਾਰਾਜ ਕਹਿੰਦੇ ਡਾਰ ਸੁੱਟ ਦੇਣਾ ਚਾਹੀਦਾ, ਭਾਵ ਕਿ ਵੱਢ ਕੇ ਹੀ ਸੁੱਟ ਦੇਣਾ ਚਾਹੀਦਾ ਹੈ, ਜਿਹੜਾ ਸਿਰ ਆਪਣੇ ਸਤਿਗੁਰੂ ਅੱਗੇ ਨਹੀਂ ਝੁਕਦਾ। ਬਾਬਾ ਫਰੀਦ ਜੀ ਦਾ ਭਜਨ ਹੈ ਨਾ, ਉੱਠ ਫਰੀਦਾ ਉਜੂ ਸਾਜ ਸੁਬਹਿ ਨਿਵਾਜ ਗੁਜਾਰ, ਜੋ ਸਿਰ ਸਾਈ ਨਾਨਵੈ ਸੋ ਸਿਰ ਕੱਪ ਉਤਾਰ। ਕਹਿੰਦੇ ਵੱਢ ਕੇ ਸੁੱਟ ਦੇ ਜਿਹੜਾ ਸਿਰ ਮਾਲਕ ਦੇ ਅੱਗੇ ਨਹੀਂ ਨਿਭਦਾ। ਜਾਂ ਕਹਿੰਦੇ ਜੋ ਸਿਰ ਸਾਈ ਨਾਨਵੈ ਸੋ ਸਿਰ ਕੀਜੈ ਕਾਏ, ਕਹਿੰਦੇ ਉਹਦਾ ਕੀ ਕਰਨਾ ਹੈ, ਕੁੰਨੇ ਹੇਠ ਜਲਾਈਏ ਬਾਲਣ ਸੰਦੈ ਥਾਏ। ਕਹਿੰਦੇ ਵੀ ਉਹ ਕੁੰਦੇ ਤੌੜੀ ਦੇ ਹੇਠਾਂ ਜਿੱਥੇ ਅੱਗ ਬਾਲੀ ਦੀ ਹੈ ਨਾ, ਬਾਲਣ ਦੇ ਨਾਲ ਬਾਲਣ ਦੇ ਥਾਂ ਕਹਿੰਦੇ ਉਹ ਸਿਰ ਹੀ ਸਾੜ ਦੇਣਾ ਚਾਹੀਦਾ, ਜਿਹੜਾ ਪਰਮੇਸ਼ਰ ਅਕਾਲ ਪੁਰਖ ਅੱਗੇ ਝੁਕਦਾ ਨਹੀਂ, ਜਿਹੜਾ ਸਾਧ ਸੰਗਤ ਸਤਿਗੁਰਾਂ ਨੂੰ ਨਮਸਕਾਰ ਨਹੀਂ ਕਰਦਾ। ਰਹਿਤਨਾਮਿਆਂ ਦਾ ਵੀ ਵਚਨ ਹੈ, ਸ਼ਬਦ ਭੋਗ ਨਾ ਨਵਾਵੈ ਸੀਸ ਤਾਹੇ ਨਾ ਮਿਲੈ ਪਰਮ ਜਗਦੀਸ਼। ਵੀ ਜਦੋਂ ਗੁਰਬਾਣੀ ਦੇ ਸ਼ਬਦ ਦਾ ਭੋਗ ਪੈਂਦਾ ਹੈ ਤਾਂ ਜਦੋਂ ਉਦੋਂ ਵੀ ਕੋਈ ਜੇ ਸਿਰ ਨਹੀਂ ਝੁਕਾਉਂਦਾ ਉਹਨੂੰ ਵੀ ਪਰਮੇਸ਼ਰ ਨਹੀਂ ਮਿਲਦਾ। ਸੋ ਇਹ ਵੀ ਹੁਕਮ ਹੈ ਵੀ ਸ਼ਬਦ ਦੀ ਸਮਾਪਤੀ ਦੇ ਉੱਤੇ ਵੀ ਹਰ ਸਿੱਖ ਸਿਰ ਝੁਕਾ ਕੇ ਨਮਸਕਾਰ ਕਰੇ। ਤੋ ਧੰਨ ਗੁਰੂ ਅੰਗਦ ਦੇਵ ਮਹਾਰਾਜ ਇੱਥੇ ਕਹਿ ਰਹੇ ਹਨ ਵੀ ਜਿਹੜਾ ਸਿਰ ਮਾਲਕ ਵਾਹਿਗੁਰੂ ਦੇ ਅੱਗੇ ਝੁਕਦਾ ਨਹੀਂ ਹੈ, ਇੱਥੇ ਸਿਰ ਤੋਂ ਭਾਵ ਹੈ ਵੀ ਜਿਹੜੇ ਜੀਵ ਸਰੀਰ ਕਰਕੇ ਵਾਹਿਗੁਰੂ ਵਾਲੇ ਪਾਸੇ ਨੂੰ ਝੁਕਦੇ ਨਹੀਂ, ਸਿਮਰਨ ਕਰਨ ਵੱਲ ਨਿਮਦੇ ਨਹੀਂ, ਸਾਧ ਸੰਗਤ ਨਹੀਂ ਕਰਦੇ, ਉਹ ਮਹਾਰਾਜ ਜੀ ਕਹਿੰਦੇ ਸਿਰ ਉਹ ਸਰੀਰ ਕਿਸੇ ਕੰਮ ਨਹੀਂ ਹੈ। ਨਾਨਕ ਜਿਸ ਪਿੰਜਰ ਮੈਂ ਬਿਰਹਾ ਨਹੀਂ। ਧੰਨ ਗੁਰੂ ਅੰਗਦ ਦੇਵ ਮਹਾਰਾਜ ਕਹਿੰਦੇ ਵੀ ਜਿਸ ਸਰੀਰ ਦੇ ਵਿੱਚ ਪਰਮੇਸ਼ਰ ਦੇ ਵਿਛੋੜੇ ਦਾ ਦਰਦ ਨਹੀਂ ਹੈ, ਮਾਲਕ ਨੂੰ ਮਿਲਣ ਦੀ ਖਿੱਚ ਨਹੀਂ ਹੈ, ਤੇ ਨਾ ਹੀ ਉਸ ਵਾਹਿਗੁਰੂ ਦਾ ਬਿਰਹਾ ਪ੍ਰੇਮ ਲੱਗਾ ਹੈ, ਉਹ ਸਰੀਰ ਥੋੜਾ ਹੈ, ਉਹ ਤਾਂ ਕਹਿੰਦੇ ਪਿੰਜਰਾ ਏ, ਕਹਿਣ ਨੂੰ ਉਹ ਸਰੀਰ ਹੈ ਵੀ ਹੱਡ ਹੈ, ਮਾਸ ਹੈ, ਨਾੜੀਆਂ ਨੇ, ਪਰ ਅਸਲ ਵਿੱਚ ਉਹ ਪਿੰਜਰ ਹੀ ਹੈ ਜਿਹਦੇ ਵਿੱਚ ਪ੍ਰੇਮ ਨਹੀਂ ਹੈ, ਕਿਉਂਕਿ ਜਿਹੜਾ ਜੀਵਤ ਹੁੰਦਾ ਹੈ ਪੁਰਖ ਉਹਦੇ ਅੰਦਰ ਤਾਂ ਭਾਵਨਾ ਹੁੰਦੀ ਹੈ ਕੋਈ ਨਾ ਕੋਈ, ਇੱਕ ਮੁਰਦਾ ਹੀ ਹੈ ਨਾ, ਇੱਕ ਪਿੰਜਰ ਹੀ ਹੈ ਨਾ ਜਿਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਭਾਵਨਾ ਨਹੀਂ ਹੈ। ਅਤੇ ਜਿਹੜਾ ਸਰੀਰ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਕਹਿੰਦੇ ਹਨ ਪਰਮੇਸ਼ਰ ਦੇ ਪ੍ਰੇਮ ਤੋਂ ਖਾਲੀ ਹੈ, ਜਿਹਨੂੰ ਵਾਹਿਗੁਰੂ ਨਾਲ ਮਿਲਣ ਦਾ ਪ੍ਰੇਮ ਹੀ ਨਹੀਂ ਲੱਗਾ, ਉਹ ਪਿੰਜਰ ਜਾਣਨਾ ਕਰੋ। ਸੋ ਪਿੰਜਰ ਲੈ ਜਾਰ, ਕਹਿੰਦੇ ਉਹ ਪਿੰਜਰ ਲੈ ਕਰਕੇ ਕਹਿੰਦੇ ਅੱਗ ਵਿੱਚ ਜਾਲ ਸਾੜ ਹੀ ਦੇਣਾ ਚਾਹੀਦਾ ਹੈ, ਐਸੇ ਸਰੀਰ ਨੂੰ ਪਿੰਜਰ ਨੂੰ ਰੱਖ ਕੇ ਕੀ ਕਰਨਾ ਹੈ, ਜਿਹੜਾ ਸਰੀਰ ਪਰਮੇਸ਼ਰ ਦਾ ਪ੍ਰੇਮ ਹੀ ਨਹੀਂ ਕਰਦਾ। ਜਾਂ ਉਹ ਪਿੰਜਰ ਲੈ ਕਰਕੇ ਇੱਥੇ ਕਾਮ ਕਰੋ ਲੋ ਮੋਹੰਕਾਰ ਜਾਲ ਸਾੜਦੇ ਰਹਿੰਦੇ ਹਨ, ਉਹਨਾਂ ਨੂੰ ਵਿਕਾਰਾਂ ਵਿੱਚ ਪਾ ਪਾ ਕੇ ਅੱਗੇ ਜਿਹੜੇ ਜਾਮ ਹਨ ਨਰਕਾਂ ਦੀ ਅੱਗ ਵਿੱਚ ਲੈ ਕੇ ਪਾ ਕੇ ਸਾੜਨਗੇ। ਇਹਦਾ ਭਾਵ ਅਰਥ ਇਹ ਹੈ ਵੀ ਸਤਿਗੁਰਾਂ ਨੇ ਬੇਮੁਖ ਪੁਰਖਾਂ ਦੀ ਸੰਗਤ ਤੋਂ ਸਾਨੂੰ ਬਚਣ ਲਈ ਕਿਹਾ, ਕਹਿੰਦੇ ਵੀ ਜਿਹੜੇ ਸਾੜਨ ਜੋਗੇ ਨੇ ਨਾ, ਜਿਹੜੇ ਵਾਹਿਗੁਰੂ ਦੇ ਪ੍ਰੇਮ ਨਹੀਂ ਕਰਦੇ,
ਜਿਹੜੇ ਵਾਹਿਗੁਰੂ ਅੱਗੇ ਸਿਰ ਨਹੀਂ ਝੁਕਾਉਂਦੇ, ਨਾਮ ਨਹੀਂ ਜਪਦੇ, ਉਹ ਪੁਰਖ ਤਾਂ ਕਹਿੰਦੇ ਵੀ ਸੜਨ ਯੋਗ ਹੈਗੇ ਹੀ ਨੇ। ਵੇਖਿਓ ਕਦੇ ਤੁਸੀਂ ਵੀ ਉਹਨਾਂ ਦੀ ਸੰਗਤ ਕਰਕੇ ਮਨਮੁੱਖ ਨਾ ਬਣ ਜਾਇਓ। ਭੈੜਿਆਂ ਦੀ ਸੰਗਤ ਨੂੰ ਬਚਣ ਦਾ ਮਹਾਰਾਜ ਸਾਹਿਬ ਜੀ ਨੇ ਇਸ ਸਲੋਕ ਦੇ ਵਿੱਚ ਉਪਦੇਸ਼ ਦਿੱਤਾ ਹੈ। ਤਾਂ ਅੱਗੇ ਫਿਰ ਆਪ ਹੀ ਹੁਣ ਜੇ ਸਤਿਗੁਰੂ ਸਾਹਿਬ ਜੀ ਦੱਸਦੇ ਹਨ ਅਗਲੇ ਸਲੋਕ ਵਿੱਚ ਵੀ ਅਸਲ ਦੇ ਵਿੱਚ ਉਹਨਾਂ ਦੇ ਵਸ ਦੀ ਵੀ ਕੋਈ ਗੱਲ ਨਹੀਂ ਹੈ, ਭੁਲੇਖੇ ਜੀ ਭੁੱਲੇ ਪਏ ਹਨ। ਮਹੱਲਾ ਪੰਜਵਾਂ। ਪੰਜਵ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਸ਼ਹੀਦਾਂ ਦੇ ਸਰਤਾਜ ਪਾਵਨ ਸਲੋਕ ਉਚਾਰ ਕੇ ਤੇ ਗੁਰੂ ਅੰਗਦ ਸਾਹਿਬ ਦੇ ਸਲੋਕ ਨੂੰ ਹੋਰ ਖੋਲਦੇ ਹਨ। ਮੁੰਡੋ ਭੁੱਲੇ ਨਾਨਕਾ। ਜੇ ਕੋਈ ਸਿੱਖ ਆਖੇ ਮਹਾਰਾਜ ਦਾ ਕੀ ਕਾਰਨ ਹੈ ਵੀ ਇਹ ਜੀਵ ਪ੍ਰੇਮ ਨਹੀਂ ਕਰਦੇ ਵਾਹਿਗੁਰੂ ਦੇ ਨਾਲ, ਸਿਰ ਨਹੀਂ ਝੁਕਾਉਂਦੇ, ਨਮਸਕਾਰ ਨਹੀਂ ਕਰਦੇ, ਇਹਦਾ ਕਾਰਨ ਕੀ ਹੈ? ਤਾਂ ਪਾਤਸ਼ਾਹ ਕਹਿੰਦੇ ਅਸਲ ਵਿੱਚ ਜੋ ਇਹ ਮੁੰਡੋ ਭੁੱਲੀ ਨਾਨਕਾ, ਇਹ ਜਿਹੜੀ ਜੀਵ ਇਸਤਰੀ ਹੈ ਨਾ, ਮੁੰਡੋ ਮੁੱਢ ਤੋਂ ਹੀ ਜਨਮ ਤੋਂ ਹੀ ਜਦੋਂ ਹੀ ਜਨਮ ਲਿਆ ਵਿੱਚੋਂ ਗਰਭੇ ਨਿਕਲ ਆਇਆ ਖਸਮ ਵਿਸਾਰ ਦੁਨੀ ਚਿੱਤ ਲਾਇਆ, ਉਦੋਂ ਮੁੱਢ ਤੋਂ ਹੀ ਕਹਿੰਦੇ ਜਨਮ ਤੋਂ ਹੀ ਵਾਹਿਗੁਰੂ ਵੱਲੋਂ ਭੁੱਲ ਚੁੱਕੀ ਹੈ, ਸਾਰੀ ਸ੍ਰਿਸ਼ਟੀ ਭੁੱਲੀ ਹੈ, ਇਹ ਜੀਵ ਇਸਤਰੀ ਪਰਮੇਸ਼ਰ ਤੋਂ ਬੇਮੁਖ ਹੋ ਗਈ ਜਨਮ ਤੋਂ ਹੀ। ਫਿਰ ਜਨਮ ਮੁਈ ਆਸ, ਜਿਸ ਕਰਕੇ ਫਿਰ ਮੁੜ ਕੇ ਕਹਿੰਦੇ ਵੀ ਜਨਮ ਲੈਂਦੀ ਹੈ। ਮੁਈ ਆਸ ਪਾਠ ਇੱਦਾਂ ਇਕੱਠਾ ਹੀ ਕਰਨਾ ਤੇ ਕਹਿੰਦੇ ਫਿਰ ਆਸਾ ਦੀ ਮਾਰੀ ਹੋਈ ਮਰ ਰਹੀ ਹੈ, ਕਦੀ ਮਰ ਜਾਂਦੇ ਨੇ, ਕਦੀ ਜੰਮ ਪੈਂਦੇ ਹਨ, ਫਿਰ ਕੇ ਇਹ ਜਿਹੜੀ ਸ੍ਰਿਸ਼ਟੀ ਪਰਮੇਸ਼ਰ ਨੂੰ ਭੁੱਲੀ ਹੋਈ ਆ, ਮੁੱਢ ਤੋਂ ਇਹਨਾਂ ਦਾ ਜੰਮਣ ਮਰਨ ਦੇ ਵਿੱਚ ਆਵਾਗਮਨ ਦਾ ਚੱਕਰ ਪੈ ਰਿਹਾ। ਜਾਂ ਮੁੰਡੋ ਕੀ ਹੈ? ਮੁੰਡੋ ਮੁੱਢ ਰੂਪ ਮੂਲ ਰੂਪ ਪਰਮੇਸ਼ਰ ਜੋ ਹੈ, ਇਹ ਜੋ ਜੀਵ ਇਸਤਰੀ ਹੈ, ਸ੍ਰਿਸ਼ਟੀ ਜੋ ਹੈ ਮੂਲ ਰੂਪ ਮੁੱਢ ਰੂਪ ਪਰਮੇਸ਼ਰ ਨੂੰ ਭੁੱਲੀ ਹੋਈ ਹੈ ਆਪਣੇ ਮਾਲਕ ਨੂੰ, ਜਿਸ ਕਰਕੇ ਮੁੜ ਕੇ ਜੰਮਣ ਮਰਨ ਦੇ ਵਿੱਚ ਹੀ ਆਸਾ ਕਰਕੇ ਆ ਰਹੀ ਹੈ। ਕਸਤੂਰੀ ਕੈ ਭੋਲੜੈ, ਬਿਲਕੁਲ ਉਸੇ ਤਰ੍ਹਾਂ ਦਾ ਭੁਲੇਖਾ ਪਿਆ ਇਹਨਾਂ ਜੀਵਾਂ ਨੂੰ ਜਿਵੇਂ ਹਿਰਨ ਦਾ ਪ੍ਰਮਾਣ ਦਿੰਦੇ ਨੇ ਮਹਾਰਾਜ ਜੀ ਦੀ ਨਾਭੀ ਦੇ ਵਿੱਚ ਕਸਤੂਰੀ ਹੁੰਦੀ, ਕਸਤੂਰੀ ਦਾ ਨਾਪਾ ਹੁੰਦਾ ਇੱਕ ਧੁਨੀ ਦੇ ਲਾਗੇ, ਇਹ ਹੁੰਦੇ ਨੇ ਕਸਤੂਰੀ ਵਾਲੇ ਹਿਰਨ। ਇੱਧਰ ਹੇਮਕੁੰਡ ਸਾਹਿਬ ਵੱਲ ਬਹੁਤ ਹੀ ਗਿਣਤੀ 'ਚ ਪਾਏ ਜਾਂਦੇ ਹਨ, ਹੋਰ ਵੀ ਕਈ ਥਾਵਾਂ 'ਤੇ ਨੇ। ਅਤੇ ਜੇ ਇਹ ਕਸਤੂਰੀ ਹੁੰਦੀ ਹੈ, ਇਸ ਦੀ ਨਾਭੀ 'ਚ ਇੱਕ ਪੋਟਲੀ ਜੀ ਬਣੀ ਹੁੰਦੀ ਹੈ ਮਾਸ ਦੀ, ਅਤੇ ਜਦੋਂ ਹਰਨ ਆਪਣੀ ਧੁਨੀ 'ਤੇ ਖੁਰਕ ਕਰਦਾ ਹੈ ਨਾ ਨੱਕ ਨਾਲ, ਫਿਰ ਉਹਨੂੰ ਉੱਥੋਂ ਖੁਸ਼ਬੂ ਆਉਂਦੀ ਹੈ, ਅਤੇ ਉਹ ਖੁਸ਼ਬੂ ਤਾਂ ਆਉਂਦੀ ਹੈ ਉਹਨੂੰ ਧੁਨੀ ਦੇ ਵਿੱਚੋਂ, ਕਸਤੂਰੀ ਦੀ ਆਪਣੇ ਸਰੀਰ ਦੇ ਵਿੱਚੋਂ, ਪਰ ਉਹ ਕਸਤੂਰੀ ਦੀ ਖੁਸ਼ਬੂ ਕਦੋਂ ਹੋਰ ਸਮਝ ਕੇ ਭੋਲੜੈ ਨਾਮ ਹੈ ਭਲੇਵੇਂ ਵਿੱਚ, ਭੁਲੇਖੇ ਵਿੱਚ ਉਹ ਸਮਝ ਲੈਂਦਾ ਵੀ ਮੈਨੂੰ ਇੱਧਰੋਂ ਇਹ ਖੁਸ਼ਬੂ ਆਈ ਹੈ, ਅਤੇ ਉਹ ਜਿੱਧਰਲੇ ਪਾਸੇ ਨੂੰ ਹਵਾ ਵਗਦੀ ਹੋਵੇ ਉਸੇ ਪਾਸੇ ਖੁਸ਼ਬੂ ਭਾਲਣ ਵਾਸਤੇ ਜਾਂਦਾ ਹੈ। ਗੰਦੇ ਡੁੰਮ ਪਈ ਆਸ, ਤੇ ਕਹਿੰਦੇ ਵੀ ਉਹ ਭੁਲੇਖੇ ਵਿੱਚ ਆ ਕਰਕੇ ਖੁਸ਼ਬੂ ਤਾਂ ਅੰਦਰ ਕਸਤੂਰੀ ਦੀ ਆ ਰਹੀ ਸੀ, ਤਾਂ ਉਹਦੀ ਧੁਨੀ ਦੇ ਵਿੱਚ ਹੈ, ਨਾਭੀ ਵਿੱਚ ਹੈ, ਵੀ ਉੱਥੋਂ ਹੀ ਉਹ ਸੁਗੰਧੀ ਮਾਣ ਸਕਦਾ ਸੀ, ਪਰ ਭੁਲੇਖਾ ਐਸਾ ਪਿਆ ਵੀ ਜਿੱਥੇ ਗੰਦੇ ਡੁੰਮ ਹੁੰਦੇ ਹੈ, ਜਿੱਥੇ ਛੱਪੜ ਜੇ ਗੰਦੇ ਪਾਣੀ, ਉਹਦੇ ਵਿੱਚ ਹੀ ਕਹਿੰਦੇ ਜਾ ਕੇ ਪੈ ਗਿਆ, ਗੰਦੇ ਪਾਣੀ ਵਿੱਚ ਡਿੱਗ ਜਾਂਦਾ ਹੈ, ਕਸਤੂਰੀ ਦੀ ਜਿਹੜੀ ਖੁਸ਼ਬੂਈ ਹੈ ਉਸ ਨੂੰ ਉੱਧਰਲੇ ਬੰਨੇ ਸਮਝਣ ਦਾ ਭੁਲੇਖਾ ਕਰ ਜਾਂਦਾ ਹੈ। ਇਸੇ ਪ੍ਰਕਾਰ ਮਹਾਰਾਜ ਸਾਹਿਬ ਜੀ ਕਹਿੰਦੇ ਕਸਤੂਰੀ ਕੈ ਭੋਲੜੈ, ਕਸਤੂਰੀ ਕੀ ਹੈ? ਵਾਹਿਗੁਰੂ ਦੀ ਪ੍ਰੇਮਾ ਭਗਤੀ, ਕਿਉਂਕਿ ਸੁੱਖ ਹੈ ਵਾਹਿਗੁਰੂ ਦੀ ਪ੍ਰੇਮਾ ਭਗਤੀ ਦੇ ਵਿੱਚ, ਪਰਮੇਸ਼ੁਰ ਦੀ ਭਗਤੀ 'ਚੋਂ ਸੁੱਖ ਮਿਲਦਾ ਹੈ ਨਾ। ਪਰ ਇਹ ਜੋ ਜੀਵ ਇਸਤਰੀ ਹੈ, ਜੋ ਜੀਵ ਹਨ, ਇਹ ਭੁਲੇਵਾ ਖਾ ਗਏ, ਇਹ ਭੁਲੇਖਾ ਖਾ ਗਏ,
ਸੁੱਖ ਤਾਂ ਮਿਲ ਰਿਹਾ ਸੀ ਜਿਹੜਾ ਸਦਾ ਰਹਿਣ ਵਾਲਾ ਬੰਦਗੀ ਕਰਨ ਵਾਲਿਆਂ ਨੂੰ ਬੰਦਗੀ ਦੇ ਵਿੱਚੋਂ, ਪਰ ਇਹ ਜੀਵ ਪਰਮੇਸ਼ਰ ਦੀ ਭਗਤੀ ਨੂੰ ਛੱਡ ਕੇ ਤੇ ਇਧਰੋਂ ਭੁੱਲ ਕਰਕੇ ਗੰਦੇ ਡੁੰਮ ਪਿਆਸ। ਗੰਦੇ ਕਹਿੰਦੇ ਡੁੰਮ, ਛੱਪੜ ਦੀ ਨਿਆਈ ਕੀ ਹੈ? ਜੋ ਵਿਸ਼ੇ ਵਕਾਰ ਪਦਾਰਥ ਨਿੰਦਾ ਮੰਦ ਕਰਮ ਇਹਨਾਂ 'ਚ ਸੁੱਖ ਮੰਨ ਲਿਆ ਵੀ ਆਹ ਵਿਸ਼ੇ ਵਕਾਰਾਂ 'ਚ ਸੁੱਖ ਹੈ, ਆਹ ਮਾਇਆ 'ਚ ਸੁੱਖ ਹੈ। ਕਹਿੰਦੇ ਵੀ ਗੰਦੇ ਪਾਣੀ ਦੇ ਟੋਏ ਦੇ ਵਾਂਗ ਉਹਦੇ ਵਿੱਚ ਹੀ ਡਿੱਗ ਪਏ ਹਨ। ਸੁੱਖ ਤਾਂ ਪਰਮੇਸ਼ਰ ਦੀ ਭਗਤੀ ਵਿੱਚ ਸੀ, ਉਹ ਕਸਤੂਰੀ ਵਾਂਗ ਸੁਗੰਧੀ ਦਿੰਦੀ ਹੈ ਮਾਲਕ ਦੀ ਭਗਤੀ, ਪਰ ਇਹ ਗੰਦਗੀ ਦੇ ਟੋਏ ਵਿੱਚ ਜਾ ਕੇ ਡਿੱਗ ਪਏ, ਭਾਵ ਵਿਸ਼ਿਆਂ ਨੂੰ ਸੁੱਖ ਮੰਨ ਕੇ ਵਿਸ਼ਿਆਂ ਵਿੱਚ ਪੈ ਗਏ ਹਨ। ਇਸ ਕਰਕੇ ਇਹ ਜੀਵ ਭੁਲੇਖੇ ਕਰਕੇ ਦੁਖੀ ਹੋ ਰਹੇ ਹਨ। ਪੌੜੀ ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਹੁਣ ਸੁੱਖ ਲੈਣ ਦਾ ਸਾਨੂੰ ਯਤਨ ਦੱਸਦੇ ਨੇ ਵੀ ਕੀ ਕਰਨਾ ਚਾਹੀਦਾ ਹੈ, ਵੀ ਜੀਵ ਭੁੱਲੇ ਹੋਏ ਹੋਣ ਕਰਕੇ ਹੀ ਦੁਖੀ ਹਨ, ਤਾਂ ਸੁੱਖ ਪਰਮੇਸ਼ਰ ਦੇ ਨਾਮ ਵਿੱਚੋਂ ਮਿਲਦਾ ਹੈ। ਇਹ ਵਾਰ ਦੀ ਪੌੜੀ ਉਚਾਰਦੇ ਨੇ ਚੌਥੇ ਪਾਤਸ਼ਾਹ। ਸੋ ਐਸਾ ਹਰ ਨਾਮ ਧਿਆਈ ਹੈ ਮਨ ਮੇਰੇ, ਪਾਤਸ਼ਾਹ ਕਹਿੰਦੇ ਸੋ ਉਹ ਜਿਹੜਾ ਐਸਾ ਅਚਰਜ ਐਸਾ ਸਮਰੱਥ ਹਰੀ ਪਰਮੇਸ਼ਰ ਹੈ, ਹੇ ਮੇਰੇ ਮਨਾ ਉਸ ਵਾਹਿਗੁਰੂ ਦੇ ਨਾਮ ਨੂੰ ਧਿਆਉਣਾ ਕਰ। ਜੋ ਸਭਨਾ ਉੱਪਰ ਹੁਕਮ ਚਲਾਏ, ਜੋ ਪਰਮੇਸ਼ਰ ਅਕਾਲ ਪੁਰਖ ਸਭਨਾ ਸਾਰਿਆਂ ਜੀਵਾਂ ਦੇ ਉੱਤੇ ਆਪਣਾ ਹੁਕਮ ਚਲਾਉਂਦਾ ਹੈ, ਜਿਸ ਮਾਲਕ ਦਾ ਹੁਕਮ ਸਭ ਜੀਵਾਂ 'ਤੇ ਚੱਲਦਾ ਹੈ, ਜਾਂ ਕਹਿੰਦੇ ਜੋ ਪਰਮੇਸ਼ਰ ਦਾ ਨਾਮ ਜਪਦਾ ਏ, ਕਹਿੰਦੇ ਐਸੇ ਨਾਮ ਨੂੰ ਮਨਾ ਤੂੰ ਧਿਆਉਣਾ ਕਰ। ਜਿਹੜਾ ਨਾਮ ਧਿਆਉਣ ਵਾਲਾ ਹੈ, ਜੋ ਨਾਮ ਜਪਣ ਵਾਲਾ, ਉਹ ਆਪਣਾ ਹੁਕਮ ਸਾਰਿਆਂ 'ਤੇ ਚਲਾਉਂਦਾ ਹੈ ਫਿਰ, ਕਿਉਂਕਿ ਨਾਮੀ ਦਾ ਵੀ ਹੁਕਮ ਚੱਲਦਾ ਹੈ ਅਤੇ ਨਾਮ ਜਪਣ ਵਾਲੇ ਦਾ ਵੀ ਫਿਰ ਹੁਕਮ ਚੱਲਦਾ ਹੈ। ਜਿਵੇਂ ਸਾਧ ਸੰਗਤ ਜੀ, ਇੱਕ ਰਾਜਾ ਸੀ ਅਤੇ ਉਹ ਆਪਣਾ ਰਾਜ ਭਾਗ ਛੱਡ ਕੇ ਅਤੇ ਪੁੱਤਰ ਨੂੰ ਰਾਜ ਭਾਗ 'ਤੇ ਬਿਠਾ ਕਰਕੇ ਆਪ ਉਹ ਭਗਤੀ ਕਰਨ ਵਾਸਤੇ ਚਲਾ ਗਿਆ। ਜਦੋਂ ਭਗਤੀ ਕਰਨ ਚਲਾ ਗਿਆ, ਉੱਥੇ ਗੋਦੜੀ ਸੀ ਰਿਹਾ ਸੀ ਸੂਈ ਦੇ ਨਾਲ, ਅਤੇ ਉਹਦਾ ਪੁੱਤਰ ਰਾਜਾ ਉੱਥੇ ਆ ਗਿਆ। ਕਹਿਣ ਲੱਗਾ ਵੀ ਤੁਸੀਂ ਇੱਥੇ ਸਾਧ ਬਣੇ ਹੋ, ਤੁਹਾਡੇ ਕਰਕੇ ਮੈਨੂੰ ਲੋਕਾਂ ਦੇ ਮਿਹਣੇ ਝੱਲਣੇ ਪੈਂਦੇ ਆ। ਕਹਿੰਦੇ ਪਿਓ ਇਹਦਾ ਸਾਧ ਬਣ ਕੇ ਦਰ ਦਰ ਧੱਕੇ ਖਾਂਦਾ, ਇਹ ਵੱਡਾ ਰਾਜਾ ਆਇਆ। ਕਹਿੰਦੇ ਤੁਸੀਂ ਵੀ ਚੱਲੋ ਰਾਜ ਭਾਗ ਦੇ ਵਿੱਚ ਬੈਠੋ, ਉੱਥੇ ਤੁਸੀਂ ਜਾ ਕੇ ਜਿਵੇਂ ਮਰਜ਼ੀ ਬੰਦਗੀ ਕਰੋ, ਕਿਉਂਕਿ ਮੈਨੂੰ ਫਿਰ ਇਹਦੇ ਨਾਲ ਲੋਕਾਂ ਦੇ ਤਾਨੇ ਮਿਹਨੇ ਝੱਲਣੇ ਪੈਂਦੇ ਹਨ। ਵੀ ਉਂਝ ਤਾਂ ਤੇਰਾ ਹੁਕਮ ਸਾਰਿਆਂ 'ਤੇ ਚੱਲਦਾ ਹੈ ਰਾਜਾ, ਅਤੇ ਤੇਰਾ ਪਿਓ ਜਿਹੜਾ ਹੈ ਰੁਲਦਾ ਫਿਰਦਾ ਏ। ਜਦੋਂ ਉਹਨੇ ਆਪਣੇ ਬਾਪ ਨੂੰ ਇਸ ਤਰ੍ਹਾਂ ਕਿਹਾ, ਕਹਿਣ ਲੱਗਾ ਵੀ ਤੇਰਾ ਹੁਕਮ ਜਿਹੜਾ ਹੈ ਉਹ ਕੁਝ ਥਾਂ 'ਤੇ ਸੀਮਤ ਹੋਵੇਗਾ, ਪਰ ਮੇਰਾ ਹੁਕਮ ਤਾਂ ਅੱਜ ਵੀ ਚੱਲਦਾ, ਮੈਂ ਤਾਂ ਅੱਜ ਵੀ ਰਾਜਾ, ਤੈਨੂੰ ਕਿਹਨੇ ਕਿਹਾ ਮੈਂ ਬਾਦਸ਼ਾਹ ਨਹੀਂ, ਮੈਂ ਤਾਂ ਤੇਰੇ ਤੋਂ ਵੱਡਾ ਬਾਦਸ਼ਾਹ ਹਾਂ। ਉਹ ਪੁੱਤਰ ਕਹਿਣ ਲੱਗਾ ਉਹਦਾ, ਕਹਿੰਦਾ ਵੀ ਫੌਜ ਤਾਂ ਤੇਰੀ ਕੋਈ ਦਿਖਦੀ ਨਹੀਂ, ਮੇਰੇ ਕੋਲ ਤਾਂ ਵੇਖੋ ਫੌਜਾਂ ਹਨ, ਸਿਪਾਹੀ ਨੇ, ਮੈਂ ਜੋ ਹੁਕਮ ਕਰਾਂ ਉਸ ਵੇਲੇ ਕਹੇ ਲੱਗਦੇ ਨੇ, ਆਖੇ ਲੱਗਦੇ ਨੇ। ਉਹ ਕਹਿੰਦਾ ਵੇਖਣਾ ਚਾਹੁੰਦਾ, ਕਹਿੰਦੇ ਹਾਂ। ਸੂਈ ਸੀ ਉਹ ਫਕੀਰ ਦੇ ਕੋਲ ਹੱਥ 'ਚ, ਉਹਨੇ ਪਾਣੀ ਵਿੱਚ ਸੁੱਟਤੀ, ਲੱਗ ਗਈ ਦਰਿਆ ਦੇ ਕੰਢੇ ਬੈਠਾ ਪਾਣੀ 'ਚ ਸੁੱਟੀ, ਅਤੇ ਕਹਿਣ ਲੱਗਾ ਵੀ ਆਪਣੀਆਂ ਫੌਜਾਂ ਨੂੰ ਕਹੋ। ਹੁਣ ਪੁੱਤਰ ਆਪਣੇ ਨੂੰ ਕਹਿੰਦਾ ਵੀ ਇਹ ਮੇਰੀ ਸੂਈ ਆਪਣੀ ਫੌਜ ਨੂੰ ਕਹਿ ਕੇ ਲਭਾ ਕੇ ਦੇ ਤੂੰ। ਹੁਣ ਕਹਿਣ ਲੱਗਾ ਵੀ ਇਹ ਦੋ ਟਕਿਆਂ ਦੀ ਸੂਈ ਫੇਰ ਨਵੀਂ ਆ ਜਾਂਦੀ, ਮੈਂ ਮੁੱਲ ਖਰੀਦ ਦਿਆਂਗਾ, ਸੂਈ ਕਿੱਥੋਂ ਲੱਭਣਗੇ। ਕਹਿੰਦੇ ਨਹੀਂ, ਵੇਖਦੇ ਹਾਂ ਵੀ ਤੇਰਾ ਹੁਕਮ ਕਿੱਥੇ ਕੁ ਚੱਲਦਾ। ਉਹਨੇ ਆਪਣੇ ਸਿਪਾਹੀਆਂ ਨੂੰ ਕਿਹਾ, ਫੌਜ ਨੂੰ ਕਿਹਾ, ਉਹਨਾਂ ਬਥੇਰਾ ਯਤਨ ਕੀਤਾ, ਹੁਣ ਸੂਈ ਪਾਣੀ 'ਚੋਂ ਕਿੱਥੇ ਲੱਭਣੀ ਸੀ। ਹਰ ਹੰਭ ਗਏ, ਕਹਿੰਦਾ ਵੇਖਿਆ ਤੁਹਾਡਾ ਹੁਕਮ
ਲੱਭੀ ਸੂਈ, ਕਹਿੰਦਾ ਨਾ। ਹੁਣ ਕਹਿੰਦਾ ਮੇਰਾ ਹੁਕਮ ਵੇਖਣਾ, ਕਹਿੰਦਾ ਵਿਖਾਓ। ਉਸ ਵੇਲੇ ਉਹ ਫਕੀਰ ਨੇ ਮਹਾਤਮਾ ਨੇ ਕਿਹਾ, ਇਹ ਵਰਣ ਦੇਵਤਾ ਮੇਰੀ ਸੂਈ ਡਿੱਗ ਪਈ ਹੈ, ਲੱਭ ਕੇ ਲਿਆ। ਵਰਣ ਦੇਵਤਾ ਮਛਲੀ ਦਾ ਰੂਪ ਧਾਰ ਕੇ ਅਤੇ ਸੂਈ ਜਿਹੜੀ ਸੀ ਆਪਣੇ ਮੂੰਹ ਵਿੱਚ ਫੜ ਕੇ ਉਹਨੇ ਬਾਹਰ ਕੱਢ ਕੇ ਫੜਾ ਦਿੱਤੀ ਫਕੀਰ ਨੂੰ, ਅਤੇ ਕਹਿਣ ਲੱਗਾ, ਮੇਰਾ ਤਾਂ ਹੁਕਮ ਸਭ ਥਾਵਾਂ 'ਤੇ ਚੱਲਦਾ, ਮੈਂ ਤੇਰੇ ਤੋਂ ਵੱਡਾ ਰਾਜਾ, ਤੇਰਾ ਤਾਂ ਹੁਕਮ ਸੀਮਤ ਹੈ। ਸੋ ਇਸ ਕਰਕੇ ਤੂੰ ਕਾਹਦੇ ਵਾਸਤੇ ਰਾਜ ਭਾਗ ਦੇ ਵਿੱਚ ਮੈਨੂੰ ਵਾਪਸ ਲੈ ਕੇ ਜਾਣਾ ਚਾਹੁੰਦਾ, ਮੇਰਾ ਵੱਡਾ ਰਾਜ ਹੈ ਤੇਰੇ ਨਾਲੋਂ। ਇਵੇਂ ਜਿਹੜੇ ਸਾਧ ਸੰਗਤ ਜੀ ਨਾਮ ਜਪਦੇ ਨੇ, ਨਾਮ ਜਪਣ ਵਾਲਿਆਂ ਦਾ ਹੁਕਮ ਸਭ ਥਾਵਾਂ 'ਤੇ ਸਾਰਿਆਂ ਦੇ ਉੱਪਰ ਚੱਲਦਾ ਹੈ। ਅਤੇ ਗੁਰੂ ਰਾਮਦਾਸ ਸਾਹਿਬ ਕਹਿੰਦੇ ਵੀ ਹੇ ਮਨ, ਉਹ ਪਰਮੇਸ਼ਰ ਦਾ ਨਾਮ ਜਪ, ਜਿਹੜੇ ਨਾਮ ਦਾ ਪ੍ਰਤਾਪ ਸਭ ਜੀਵਾਂ 'ਤੇ ਚੱਲਦਾ ਹੈ, ਜਿਸ ਨਾਮ ਕਰਕੇ ਸਭ 'ਤੇ ਹੁਕਮ ਚੱਲਦਾ ਹੈ ਨਾਮ ਜਪਣ ਵਾਲੇ ਦਾ। ਸੋ ਐਸਾ ਹਰ ਨਾਮ ਜਪੀਐ ਮਨ ਮੇਰੇ, ਹੇ ਮੇਰੇ ਪਿਆਰਿਆ ਮਨਾ, ਸੋ ਐਸਾ ਜੋ ਸਮਰਸਤ ਅਚਰਜ ਵਾਹਿਗੁਰੂ ਹੈ, ਉਸ ਪਰਮੇਸ਼ਰ ਦੇ ਨਾਮ ਨੂੰ ਜਪਣਾ ਕਰ। ਜੋ ਅੰਤੀ ਅਵਸਰ ਲਏ ਛੁਡਾਏ, ਜੋ ਵਾਹਿਗੁਰੂ ਪਰਮੇਸ਼ਰ, ਜੋ ਪਰਮੇਸ਼ਰ ਦਾ ਨਾਮ ਅੰਤ ਦੇ ਸਮੇਂ 'ਤੇ ਤੈਨੂੰ ਜੰਮਣ ਮਰਨ ਦੇ ਦੁੱਖਾਂ ਤੋਂ, ਜਮਾਂ ਦੀ ਮਾਰ ਤੋਂ ਛੁਡਾ ਲਓ, ਬਚਾ ਲਵੇਗਾ। ਸੋ ਐਸਾ ਹਰ ਨਾਮ ਜਪੀਐ ਮਨ ਮੇਰੇ, ਮੇਰੇ ਪਿਆਰੇ ਮਨਾ, ਸੋ ਉਹ ਐਸਾ ਹਰੀ ਜੋ ਪਰਮੇਸ਼ਰ ਹੈ, ਜੋ ਸਮਰੱਥ ਹੈ, ਉਹ ਸਮਰੱਥ ਵਾਹਿਗੁਰੂ ਦੇ ਨਾਮ ਨੂੰ ਜਪਣਾ ਕਰ। ਜੋ ਤ੍ਰਿਸ਼ਨਾ, ਜੋ ਮਨ ਕੀ ਤ੍ਰਿਸ਼ਨਾ ਸਭ ਭੁੱਖ ਗਵਾਏ, ਮਨ ਕੀ ਤ੍ਰਿਸ਼ਨਾ ਭੁੱਖ ਸਭ ਭੁੱਖ ਗਵਾਏ, ਜਿਹੜਾ ਪਰਮੇਸ਼ਰ ਦਾ ਨਾਮ ਮਨ ਦੀ ਸਭ ਤਰ੍ਹਾਂ ਕਰਕੇ ਜੋ ਜਨਮਾਂ ਜਰਾਂ ਮਾਤਰਾਂ ਦੀ ਅੰਦਰ ਤ੍ਰਿਸ਼ਨਾ ਦੀ ਅਤੇ ਹੋਰ ਆਸਾ ਦੀ ਭੁੱਖ ਦੂਰ ਕਰ ਦਿੰਦਾ, ਤ੍ਰਿਸ਼ਨਾ ਦੀ ਅੱਗ ਨੂੰ ਮੇਟ ਦਿੰਦਾ, ਸ਼ਾਂਤ ਕਰ ਦਿੰਦਾ, ਅਤੇ ਜੋ ਆਸਾ ਦੀ ਜਨਮਾਂ ਜਨਮਾਂਤਰਾਂ ਦੀ ਲੱਗੀ ਹੋਈ ਭੁੱਖ ਹੈ ਉਹਨੂੰ ਵੀ ਗਵਾ ਦਿੰਦਾ ਹੈ। ਕਿਉਂਕਿ ਸਰੀਰ ਦੀ ਭੁੱਖ ਇਹਦੇ ਯਤਨ ਹੋ ਜਾਂਦੇ ਹੈ, ਦੂਰ ਹੋ ਜਾਂਦੀ ਹੈ, ਪਰ ਤ੍ਰਿਸ਼ਨਾ ਦੇ ਜੋ ਅੰਦਰ ਹੋਰ ਆਸਾ ਦੀ ਭੁੱਖ ਲੱਗੀ ਹੈ, ਇਹ ਬੰਦੇ ਨੂੰ ਬਹੁਤ ਦੁਖੀ ਕਰਦੀ ਹੈ। ਜਿੰਨੇ ਪਦਾਰਥ ਆਉਂਦੇ ਜਾਂਦੇ ਆ ਉਹ ਹਾਲਤ ਓਨੀ ਹੀ ਮਾੜੀ ਹੁੰਦੀ ਹੈ ਜਿਵੇਂ ਅੱਗ ਬਲ ਰਹੀ ਹੋਵੇ ਅਤੇ ਸਾਧ ਸੰਗਤ ਉੱਤੇ ਕੋਈ ਸੁੱਕੀਆਂ ਲੱਕੜਾਂ ਪਾਈ ਜਾਵੇ। ਕਦੀ ਅੱਗ ਨੇ ਵੀ ਆਖਿਆ ਵੀ ਬਸ ਕਰੋ ਹੁਣ ਮੈਂ ਰੱਜ ਗਈ ਹਾਂ, ਤਾਂ ਜਿੰਨੀਆਂ ਸੁੱਕੀਆਂ ਲੱਕੜਾਂ ਪਾਓਗੀ ਓਨੀ ਜ਼ਿਆਦਾ ਮਚੂਗੀ। ਇਸੇ ਤਰ੍ਹਾਂ ਜਿੰਨੀ ਅੰਦਰ ਕਹਿੰਦੇ ਪਦਾਰਥ ਆਉਂਦੇ ਜਾਣ ਪਰ ਤ੍ਰਿਸ਼ਨਾ ਹੋਊਗੀ, ਜੇ ਭੁੱਖ ਹੋਵੇਗੀ, ਸੰਤੋਖ ਦਾ ਬੰਨ ਨਹੀਂ ਹੋਵੇਗਾ, ਤਾਂ ਫਿਰ ਓਨਾ ਹੀ ਬੰਦਾ ਦੁਖੀ ਹੁੰਦਾ ਹੈ। ਇਹ ਦੁੱਖ ਤੋਂ ਛੁਟਕਾਰਾ ਕਿਵੇਂ ਹੁੰਦਾ? ਨਾਮ ਜਪ ਕੇ। ਸਾਹਿਬ ਕਹਿੰਦੇ ਉਹ ਪਰਮੇਸ਼ਰ ਦਾ ਨਾਮ ਜਪ ਜੋ ਮਨ ਦੀ ਤ੍ਰਿਸ਼ਨਾ ਦੀ ਭੁੱਖ ਸਭ ਕੁਝ ਹੀ ਮੇਟ ਦਿੰਦਾ, ਗਵਾ ਦਿੰਦਾ ਏ। ਸੋ ਗੁਰਮੁਖ ਨਾਮ ਜਪਿਆ ਵਡਭਾਗੀ, ਸੋ ਐਸਾ ਜਿਹੜਾ ਅਚਰਜ ਪਰਮੇਸ਼ਰ ਹੈ ਉਸ ਵਾਹਿਗੁਰੂ ਦੇ ਨਾਮ ਨੂੰ ਮਹਾਰਾਜ ਕਹਿੰਦੇ ਗੁਰਮੁਖਾਂ ਨੇ ਗੁਰੂ ਸਾਹਿਬ ਦੁਆਰਾ ਜਪਿਆ ਹੈ, ਜਿਹੜੇ ਵੱਡੇ ਭਾਗਾਂ ਵਾਲੇ ਨੇ ਉਹ ਵਡਭਾਗੀ ਗੁਰਮੁਖਾਂ ਨੇ ਗੁਰਾਂ ਦੁਆਰਾ ਪਰਮੇਸ਼ਰ ਦੇ ਨਾਮ ਨੂੰ ਧਿਆਇਆ ਜਪਿਆ ਹੈ, ਜੋ ਸਭ ਸੁੱਖ ਆਨੰਦ ਦੇਣ ਵਾਲਾ ਏ। ਤਿੰਨਾਂ ਦੁਸ਼ਟ ਸਭ ਪੈਰੀ ਪਾਏ, ਤੇ ਜਿਨ੍ਹਾਂ ਨੇ ਗੁਰਾਂ ਦੁਆਰਾ ਨਾਮ ਜਪਿਆ, ਨਾਮ ਦੇ ਪ੍ਰਤਾਪ ਨੇ ਤਿੰਨ ਨਿੰਦਕ, ਉਹ ਪਹਿਲਾਂ ਜਿਹੜੇ ਨਿੰਦਾ ਕਰਨ ਵਾਲੇ ਸਨ, ਦੁਸ਼ਟਤਾਈ ਕਰਨ ਵਾਲੇ ਸਨ, ਜਿਹੜੇ ਹਰ ਵੇਲੇ ਮਾੜਾ ਚਾਹੁੰਦੇ ਸੀ, ਉਹ ਵੀ ਲਿਆ ਕੇ ਸਾਰੇ ਪੈਰੀ ਪਾ ਦਿੱਤੇ ਹਨ। ਨਿੰਦਕ ਦੁਸ਼ਟ
ਨਾਮ ਜਪਣ ਵਾਲੇ ਨੇ ਨਾਮ ਦੇ ਪ੍ਰਤਾਪ ਕਰਕੇ ਆਪਣੇ ਪੈਰੀ ਪਾ ਲਏ ਹਨ, ਭਾਵ ਨਾਮ ਜਪਣ ਵਾਲੇ ਅੱਗੇ ਸਭ ਝੁਕ ਜਾਂਦੇ ਨੇ। ਨਾਨਕ ਨਾਮ ਅਰਾਧ ਸਭਨਾ ਤੇ ਵੱਡਾ। ਗੁਰੂ ਰਾਮਦਾਸ ਸਾਹਿਬ ਕਹਿੰਦੇ ਉਸ ਪਰਮੇਸ਼ਰ ਅਕਾਲ ਪੁਰਖ ਦੇ ਨਾਮ ਨੂੰ ਅਰਾਧਨਾ ਕਰੀਏ ਜੋ ਵਾਹਿਗੁਰੂ, ਤੇ ਵਾਹਿਗੁਰੂ ਦਾ ਨਾਮ ਸਾਰਿਆਂ ਤੋਂ ਵੱਡਾ ਹੈ, ਸਭ ਤੋਂ ਉੱਤਮ ਸ੍ਰੇਸ਼ਟ ਹੈ। ਸਭ ਨਾਵੇ ਅੱਗੇ ਆਣ ਨਵਾਏ। ਸਾਰੇ ਵਾਹਿਗੁਰੂ ਦੇ ਨਾਮ ਦੇ ਅੱਗੇ ਆ ਕੇ ਨਵਾਏ ਨਿਭਦੇ ਝੁਕਦੇ ਹਨ, ਭਾਵ ਕਿ ਪਰਮੇਸ਼ਰ ਨਾਮੀ ਹੈ ਤੇ ਉਹਦਾ ਨਾਮ ਨਾਮੀ ਦੇ ਨਾਮ ਵਿੱਚ ਕੋਈ ਭੇਦ ਨਹੀਂ ਹੈ। ਜਿੰਨੀ ਤਾਕਤ ਨਾਮੀ ਦੀ ਹੈ ਭਾਵ ਵਾਹਿਗੁਰੂ ਦੀ, ਓਨੀ ਤਾਕਤ ਨਾਮ ਦੀ ਹੈ। ਵਾਹਿਗੁਰੂ ਵੀ ਸਭ ਦੇ, ਵਾਹਿਗੁਰੂ ਅੱਗੇ ਵੀ ਸਭ ਝੁਕਦੇ ਨੇ, ਉਹਦੇ ਨਾਮ ਅੱਗੇ ਵੀ ਸਭ ਝੁਕਦੇ ਨੇ, ਤੇ ਨਾਮ ਜਪਣ ਵਾਲਿਆਂ ਦੇ ਅੱਗੇ ਵੀ ਸਭ ਆ ਕੇ ਨਮਸਕਾਰਾਂ ਕਰਦੇ ਹਨ। ਨਾਨਕ ਨਾਮ ਅਰਾਧ ਸਭਨਾ ਤੇ ਵੱਡਾ। ਅੱਗੇ ਪੜੋ, ਸਭ ਨਾਵੇ ਅੱਗੇ ਆਣ ਨਵਾਏ। ਪੜੋ ਸਲੋਕ ਮਹੱਲਾ ਤੀਜਾ। ਵੇਸ ਕਰੇ ਕੁਰੂਪ ਕੁਲੱਖਣੀ। ਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਪਾਵਨ ਸ਼ਬਦ ਦੇ ਵਿੱਚ ਸਤ ਸੰਗਤ ਜੋ ਪਖੰਡ ਕਰਦੇ ਨੇ ਧਰਮ ਦਾ ਤੇ ਹੁੰਦੇ ਧਰਮੀ ਨਹੀਂ ਹਨ, ਉਹਨਾਂ ਦੀ ਬਾਬ ਦੱਸ ਰਹੇ ਹਨ। ਤੀਸਰੇ ਸਤਿਗੁਰੂ ਜੀ ਕਹਿੰਦੇ ਵੇਸ ਕਰੇ ਕੁਰੂਪ ਕੁਲੱਖਣੀ, ਕਹਿੰਦੇ ਵੀ ਜਿਵੇਂ ਕੁਰੂਪ ਭੈੜੇ ਰੂਪ ਵਾਲੀ ਕੋਈ ਹੋਵੇ ਇਸਤਰੀ, ਪੇਸ਼ ਤਾਂ ਲਿਬਾਸ ਤਾਂ ਬਹੁਤੇ ਤਰ੍ਹਾਂ ਦੇ ਕਰੇ, ਫਿਰ ਉਹਦੇ ਵਿੱਚ ਕੁਲੱਖਣੀ ਖੋਟੇ ਲੱਛਣ ਹੋਣ, ਵਿਭਚਾਰਨ ਹੋਵੇ, ਮਨ ਖੋਟੇ ਕੂੜਿਆਰ, ਮਨ ਕਰਕੇ ਵੀ ਕਹਿੰਦੇ ਖੋਟੇ ਖੁਟਿਆਈ ਵਾਲੀ ਹੋਵੇ, ਅੰਦਰ ਭੈੜੇ ਸੰਕਲਪ ਉੱਠਦੇ ਹੋਣ ਤੇ ਕੂੜਿਆਰ ਸਦਾ ਝੂਠ ਬੋਲਦੀ ਹੋਵੇ ਆਪਣੇ ਪਤੀ ਨੂੰ ਪਰਿਵਾਰ ਨੂੰ, ਫਿਰ ਕਹਿ ਭਾਣੇ ਨਾ ਚੱਲੇ, ਫਿਰ ਪਤੀ ਦੇ ਭਾਣੇ ਵਿੱਚ ਵੀ ਉਹਦੀ ਆਗਿਆ ਵਿੱਚ ਵੀ ਨਾ ਚੱਲੇ, ਕਦੀ ਵੀ ਉਹਦੀ ਆਗਿਆ ਕੋਈ ਗੱਲ ਮੰਨ ਕੇ ਉਹਦੇ ਅਨੁਸਾਰ ਉਹਦੇ ਨਾਲ ਮਿਲ ਕੇ ਨਾ ਰਹੇ, ਹੁਕਮ ਕਰੇਗਾ ਵਾਰ, ਸਗੋਂ ਕਹਿੰਦੇ ਵੀ ਹੁਕਮ ਚਲਾਵੇ ਅੱਗੋਂ, ਕਵੇ ਵੀ ਮੇਰੀਆਂ ਉਂਗਲਾਂ ਤੇ ਇਸ਼ਾਰਿਆਂ ਦੇ ਨੱਚ ਉਹਨੂੰ ਕਹਿੰਦੇ ਗਵਾਰ ਹੈ, ਉਹ ਕਦੀ ਪਤੀ ਦਾ ਸੁੱਖ ਨਹੀਂ ਮਾਣ ਸਕਦੀ। ਇਸੇ ਤਰ੍ਹਾਂ ਵੇਸ ਕਰੇ ਗੁਰ ਕੈ, ਵੇਸ ਕਰੇ ਪੜੋ, ਮੈਂ ਕਹਿ ਵੇਸ ਕਰੇ ਕੁਰੂਪ ਕੁਲੱਖਣੀ। ਅੰਤਰੀ ਭਾਵ ਦੇ ਵਿੱਚ ਮਹਾਰਾਜ ਸਾਹਿਬ ਜੀ ਕਹਿੰਦੇ ਹਨ ਵੀ ਉਹ ਜੋ ਜੀਵ ਇਸਤਰੀ ਹੈ, ਭਾਵ ਕਿ ਜਿਹੜੇ ਮਨੁੱਖ ਹਨ, ਵੇਸ ਕਰੇ ਪਖੰਡ ਦਾ ਭੇਖ ਭਾਵੇਂ ਧਾਰ ਲੈਣ, ਜਿੰਨੇ ਮਰਜ਼ੀ ਭੇਖ ਧਾਰਨ, ਜਿਹੜਾ ਮਰਜ਼ੀ ਕੋਈ ਫਿਰਕਾ ਧਾਰ ਲੈਣ, ਆਖਣ ਵੀ ਅਸੀਂ ਧਰਮੀ ਹੈ, ਧਰਮ ਦਾ ਕਹਿੰਦੇ ਵੀ ਜੀਵ ਇਸਤਰੀ ਲਿਬਾਸ ਕਰੇ ਤੇ ਕੁਰੂਪ ਖੋਟਾ ਰੂਪ ਕੀ ਹੈ ਵੀ ਅੰਦਰ ਜੋ ਦਿਲ ਦੀ ਸਫਾਈ ਨਾ ਹੋਵੇ, ਦਿਲ ਮਾੜਾ ਹੋਵੇ, ਦਿਲ ਦੇ ਵਿੱਚ ਪਾਪ ਹੋਣ, ਉੱਤੋਂ ਧਰਮ ਦਾ ਲਿਬਾਸ ਪਾਇਆ, ਧਰਮ ਦਾ ਚੋਲਾ ਪਾਇਆ ਹੈ, ਪਰ ਦਿਲ ਜਿਹੜਾ ਹੈ ਉਹ ਕਰੂਪ ਕੋਝਾ ਹੈ, ਦਿਲ ਦੇ ਵਿੱਚ ਗੰਦਗੀ ਭਰੀ ਹੈ, ਦਿਲ ਦੇ ਵਿੱਚ ਮਾੜੇ ਵਿਚਾਰ ਭਰੇ ਹਨ, ਜੋ ਐਸੀ ਜੀਵ ਇਸਤਰੀ ਹੈ, ਜਿਹੜੇ ਐਸੇ ਪੁਰਖ ਨੇ, ਮਹਾਰਾਜ ਕਹਿੰਦੇ ਫਿਰ ਕੁਲੱਖਣੀ ਖੋਟੇ ਲੱਛਣ ਹੋਣ, ਕੰਮ ਨਾ ਕੋਈ ਚੰਗੇ ਹੋਣ, ਸਦਾ ਵਿਭਚਾਰ ਕਰਨਾ ਜਾਂ ਹੋਰ ਨਿੰਦਾ ਕਰਨੀ, ਚੁਗਲੀ ਕਰਨੀ, ਐਸੇ ਭੈੜੇ ਲੱਛਣ ਹੋਣ ਜਿਨ੍ਹਾਂ ਦੇ ਵਿੱਚ ਤੇ ਕਹਾਵੇ ਤਾਂ ਵੀ ਮੈਂ ਬੜਾ ਧਰਮੀ ਹਾਂ, ਮਨ ਖੋਟੇ ਕੂੜਿਆਰ, ਮਨ ਦੇ ਵਿੱਚ ਖੋਟੇ ਸੰਕਲਪ ਹੀ ਹਰ ਵੇਲੇ ਆਉਂਦੇ ਹੋਣ ਵੀ ਕਿਵੇਂ ਕੋਈ ਮਾੜਾ ਕੰਮ ਕਰਨਾ, ਕਿਵੇਂ ਕਿਸੇ ਦਾ ਨੁਕਸਾਨ ਕਰਨਾ, ਇਵੇਂ ਮਨ ਦੇ ਵਿੱਚ ਵੀ ਖੋਟਦਾ ਹੀ ਹੋਵੇ ਹਰ ਸਮੇਂ, ਤੇ ਕੂੜਿਆਰ ਝੂਠੇ ਪਦਾਰਥਾਂ ਦੇ ਨਾਲ ਮੋਹ ਹੋਵੇ,
ਅਤੇ ਝੂਠ ਹੀ ਬੋਲਣ ਦੇ ਵਿੱਚ ਪ੍ਰੇਮ ਹੋਵੇ, ਹਰ ਸਮੇਂ ਝੂਠੀ ਮਾਇਆ ਹੀ ਚਾਹੁੰਦੇ ਹੋਣ ਤੇ ਕਹਿਣ ਅਸੀਂ ਧਰਮੀ ਹਾਂ। ਨਾ ਚੱਲੇ ਜਦੋਂ ਕਹਿੰਦੇ ਕੋਈ ਥੋੜਾ ਜਿਹਾ ਸੇਕ ਲੱਗ ਜਾਵੇ ਤਾਂ ਪਰਮੇਸ਼ਰ ਦੇ ਭਾਣੇ ਵਿੱਚ ਨਾ ਚੱਲਣ ਸਗੋਂ ਲਾਮੇ ਦੇਣ ਲੱਗ ਪੈਣ। ਫਿਰ ਕਹਿ ਭਾਣੇ ਨਾ ਚੱਲੇ, ਫਿਰ ਪਤੀ ਅਕਾਲ ਪੁਰਖ ਵਾਹਿਗੁਰੂ ਸਤਿਗੁਰਾਂ ਦੀ ਆਗਿਆ ਵਿੱਚ ਨਹੀਂ ਚੱਲਦੇ ਤੇ ਉਂਝ ਧਰਮੀ ਅਖਵਾਉਂਦੇ ਹਨ। ਹੁਕਮ ਕਰੇਗਾ ਵਾਰ, ਕਹਿੰਦੇ ਵੀ ਉਹ ਐਸੇ ਗਵਾਰ ਮੂਰਖ ਬੇਸਮਝ ਹਨ ਵੀ ਮੰਨਣੀ ਤਾਂ ਆਗਿਆ ਸੀ ਸਤ ਕਰਕੇ ਵਾਹਿਗੁਰੂ ਦੇ, ਉਹ ਪਤੀ ਪਰਮੇਸ਼ਰ ਦੀ ਰਜ਼ਾ ਵਿੱਚ ਚੱਲਣਾ ਸੀ, ਪਰ ਉਲਟਾ ਹੁਕਮ ਕਰਦੇ ਹਨ ਉਹਦੇ ਉੱਤੇ ਵੀ ਤੂੰ ਮੈਨੂੰ ਆਹ ਨਹੀਂ ਦਿੱਤਾ, ਤੂੰ ਮੇਰਾ ਆਹ ਨਹੀਂ ਕੰਮ ਕੀਤਾ, ਮੈਂ ਨਹੀਂ ਤੈਨੂੰ ਮੰਨਦਾ, ਕੋਈ ਰੱਬ ਰੂਬ ਹੈ ਨਹੀਂ, ਸਗੋਂ ਉਲਟਾ ਮਾੜਾ ਬੋਲਦੇ ਹਨ। ਅਤੇ ਕਹਿੰਦੇ ਵੀ ਵਾਹਿਗੁਰੂ ਦੇ ਉੱਤੇ ਉਹ ਬੇਸਮਝ ਗਵਾਰ ਮੂਰਖ ਧਰਮ ਦਾ ਚੋਲਾ ਪਾ ਕੇ ਮਾੜੇ ਕੰਮ ਕਰਦੇ ਨੇ, ਆਗਿਆ ਮੰਨਦੇ ਨਹੀਂ ਹਨ, ਅਤੇ ਫਿਰ ਉੱਤੋਂ ਪਰਮੇਸ਼ੁਰ ਦੇ ਹੁਕਮ ਕਰਦੇ ਨੇ ਵੀ ਮੈਨੂੰ ਆਹ ਦੇ ਮੈਨੂੰ ਆਹ ਦੇ, ਉਹਨਾਂ ਨੂੰ ਕਦੀ ਸੁੱਖ ਪ੍ਰਾਪਤ ਨਹੀਂ ਹੋ ਸਕਦਾ ਜਿਹੜੇ ਮਾਲਕ ਦੀ ਆਗਿਆ ਤੋਂ ਬਾਹਰ ਚੱਲਦੇ ਹਨ, ਭਾਵੇਂ ਕਿੰਨੇ ਵੀ ਧਰਮੀ ਬਣੇ ਫਿਰਨ। ਗੁਰ ਕੈ ਭਾਣੇ ਜੋ ਚੱਲੇ, ਮਹਾਰਾਜ ਦੁੱਖ ਦੂਰ ਨਹੀਂ ਹੋ ਸਕਦੇ। ਕਹਿੰਦੇ ਵੀ ਹਾਂ, ਉਹ ਜੋ ਮਨਮੁੱਖ ਇਸਤਰੀ ਹੈ, ਜਿਹੜੇ ਮਨਮੁੱਖ ਪੁਰਖ ਹੈ ਨਾ, ਜੇ ਕਿਤੇ ਉਹਨਾਂ ਦੇ ਭਾਗ ਜਾਗ ਪੈਣ ਅਤੇ ਗੁਰੂ ਦੀ ਰਜ਼ਾ ਵਿੱਚ ਚੱਲਣ। ਗੁਰ ਕੈ ਭਾਣੇ ਜੋ ਚੱਲੇ, ਜੋ ਜੀਵ ਇਸਤਰੀ ਜੋ ਮਨੁੱਖ ਗੁਰੂ ਸਾਹਿਬ ਜੀ ਦੇ ਭਾਣੇ 'ਚ ਗੁਰਾਂ ਦੀ ਆਗਿਆ 'ਚ ਗੁਰਾਂ ਦੀ ਰਜ਼ਾ ਵਿੱਚ ਚੱਲਦੇ ਹਨ, ਸਭ ਦੁੱਖ ਨਿਵਾਰਨ ਹਾਰ, ਜੋ ਗੁਰੂ ਸਾਹਿਬ ਜੀ ਸਭ ਦੁੱਖਾਂ ਦੇ ਨਿਵਾਰਨ ਹਾਰ ਨਿਵਿਰਤ ਕਰਨ ਵਾਲੇ ਨੇ, ਉਹ ਸਾਰੇ ਹੀ ਦੁੱਖ ਦੂਰ ਕਰ ਦਿੰਦੇ ਹਨ। ਅਥਵਾ ਉਹ ਜੀਵ ਇਸਤਰੀ ਜੋ ਗੁਰੂ ਸਾਹਿਬ ਦੀ ਆਗਿਆ ਵਿੱਚ ਚੱਲਦੀ ਹੈ, ਉਹ ਆਪਣੀ ਜੰਮਣ ਮਰਨ ਦੇ ਸਮੇਤ ਜਿੰਨੇ ਵੀ ਦੁੱਖ ਹਨ ਉਹਨਾਂ ਸਾਰੇ ਦੁੱਖਾਂ ਨੂੰ ਨਿਵਾਰਨ ਹਰ ਨਿਵਿਰਤ ਕਰਨ ਵਾਲੀ ਹੋ ਜਾਂਦੀ, ਆਪਣੇ ਦੁੱਖ ਦੂਰ ਕਰ ਲੈਂਦੀ ਹੈ। ਲਿਖਿਆ ਮੇਟ ਨਾ ਸਕੀ ਹੈ, ਮਹਾਰਾਜ ਇਹ ਬੇਮੁਖ ਕਾਹਦੇ ਵਾਸਤੇ ਹੁੰਦੇ ਨੇ? ਫਿਰ ਕਹਿੰਦੇ ਧੁਰੋਂ ਲਿਖਿਆ ਹੈ, ਇਹਦਾ ਕੋਈ ਹੱਲ ਨਹੀਂ ਪਾਤਸ਼ਾਹ। ਕਹਿੰਦੇ ਨਹੀਂ, ਵੀ ਜੋ ਲਿਖਿਆ ਹੋਇਆ ਹੈ ਨਾ ਪਰਮੇਸ਼ਰ ਨੇ ਮੱਥੇ ਦੇ ਲੇਖ, ਇਹ ਭੋਗੇ ਤੋਂ ਬਗੈਰ ਇਹਨੂੰ ਮੇਟਿਆ ਨਹੀਂ ਜਾ ਸਕਦਾ, ਮੇਟ ਨਹੀਂ ਸਕਦਾ ਕੋਈ ਵੀ। ਜੋ ਧੁਰ ਲਿਖਿਆ ਕਰਤਾਰ, ਜੋ ਕਰਤਾਰ ਜਿਹਦੇ ਘਰ ਹੱਥਾਂ ਵਿੱਚ ਸਵਾਸਾਂ ਦੀ ਤਾਰ ਡੋਰੀ ਰੋਜੀ ਦੀ ਡੋਰੀ ਹੈ, ਸੰਸਾਰ ਦੇ ਸਭ ਸੱਤਾ ਜਿਸ ਵਾਹਿਗੁਰੂ ਦੇ ਹੁਕਮ ਵਿੱਚ ਹੈ, ਜੋ ਧੁਰਾਂ ਹੀ ਉਸ ਮਾਲਕ ਨੇ ਲਿਖ ਦਿੱਤਾ ਹੈ ਸਾਡੀਆਂ ਕਰਮ ਕਰਤੂਤਾਂ ਨੂੰ ਵੇਖ ਕੇ, ਉਹ ਕਹਿੰਦੇ ਭੋਗੇ ਤੋਂ ਬਿਨਾਂ ਮੇਟਿਆ ਨਹੀਂ ਜਾ ਸਕਦਾ, ਹੁਣ ਤਾਂ ਭੋਗਣਾ ਹੀ ਪਵੇਗਾ। ਮਨ ਤਨ ਸੌਂਪੈ ਕੰਤ ਕਉ, ਇੰਨਾ ਜ਼ਰੂਰ ਹੈ ਵੀ ਕਰਮ ਤਾਂ ਜੋ ਲਿਖੇ ਆ ਉਹ ਤਾਂ ਭੋਗਣੇ ਪੈਣੇ ਹਨ, ਪਰ ਉਹਨਾਂ ਨੂੰ ਪਰਮੇਸ਼ੁਰ ਦਾ ਪਿਆਰ ਅਤੇ ਆਨੰਦ ਪ੍ਰਾਪਤ ਹੋ ਸਕਦਾ ਹੈ ਜਿਹੜੇ ਮਨ ਤਨ ਸੌਂਪੇ ਕੰਤ ਕਉ, ਜਿਹੜੇ ਜੀਵ ਆਪਣਾ ਮਨ ਤਨ ਕੰਤ ਪਤੀ ਪਰਮੇਸ਼ੁਰ ਨੂੰ ਕਹਿੰਦੇ ਸੌਂਪ ਦੇਣ। ਮਨ ਨੂੰ ਸੌਂਪਣਾ ਇਹ ਹੈ ਵੀ ਮਨ ਦੇ ਨਾਲ ਕੋਈ ਭੈੜਾ ਸੰਕਲਪ ਨਾ ਕਰਨ, ਉਹ ਵਾਹਿਗੁਰੂ ਦੇ ਚਰਨਾਂ 'ਚ ਸੇਵਾ 'ਚ ਹਾਜ਼ਰ ਕਰ ਦੇਣ। ਸਰੀਰ ਕਰਕੇ ਕੋਈ ਚੋਰੀ ਜਾਰੀ ਮਾੜਾ ਕਰਮ ਨਹੀਂ ਕਰਨਾ, ਜੋ ਇਹ ਸਰੀਰ ਅਰਪਣਾ ਹੈ ਵਾਹਿਗੁਰੂ ਨੂੰ। ਕਹਿੰਦੇ ਇਸ ਤਰ੍ਹਾਂ ਆਪਣਾ ਮਨ ਵੀ ਆਪਣਾ ਤਨ ਵੀ ਸੌਂਪੇ ਸੌਂਪ ਦੇਵੇ ਹਾਜ਼ਰ ਕਰ ਦੇਵੇ ਕੰਤ ਕੋ ਕੰਤ ਵਾਹਿਗੁਰੂ ਦੇ ਅੱਗੇ। ਸ਼ਬਦ ਧਰੇ ਪਿਆਰ, ਫਿਰ ਗੁਰੂ ਸਾਹਿਬ ਜੀ ਦਾ ਜੋ ਸ਼ਬਦ ਹੈ ਉਹਦੇ ਨਾਲ ਪਿਆਰ ਧਰੇ, ਭਾਵ ਕਿ ਜੋ ਗੁਰੂ ਸਾਹਿਬ ਸਾਨੂੰ ਸਿੱਖਿਆ ਦੇ ਰਹੇ ਵੀ ਸਾਡੇ ਭਲੇ ਦੀ ਗੱਲ ਹੈ, ਗੁਰਬਾਣੀ ਸਾਡੇ ਜੀਵਨ ਨੂੰ ਸਵਾਰਨ ਵਾਸਤੇ ਹੈ, ਇੱਦਾਂ ਜਾਣ ਕੇ ਗੁਰਾਂ ਦੀ ਬਾਣੀ ਨਾਲ ਉਪਦੇਸ਼ ਨਾਲ ਪਿਆਰ ਕਰੇ। ਬਿਨ ਨਾਵੈ ਕਿਨੇ ਨਾ ਪਾਇਆ, ਪਾਤਸ਼ਾਹ ਜੀ ਕਹਿੰਦੇ ਸ਼ਬਦ ਕਰਕੇ ਹੀ ਵਾਹਿਗੁਰੂ ਦਾ ਨਾਮ ਮਿਲਣਾ ਹੈ, ਫੇਰ ਤੇ ਗੱਲ ਪੱਲੇ ਬੰਨ ਲਓ ਭਾਈ, ਵੀ ਵਾਹਿਗੁਰੂ ਦੇ ਨਾਮ ਤੋਂ ਬਗੈਰ
ਕਿਸੇ ਨੇ ਵੀ ਸੁੱਖ ਨਹੀਂ ਪਾਇਆ, ਕਿਸੇ ਨੇ ਵਾਹਿਗੁਰੂ ਨੂੰ ਜਾਂ ਵਾਹਿਗੁਰੂ ਦੀ ਪ੍ਰਾਪਤੀ ਦੇ ਆਨੰਦ ਨੂੰ ਨਹੀਂ ਪਾਇਆ ਜੇ ਨਾਮ ਨਹੀਂ ਜਪਿਆ ਕਿਸੇ ਨੇ। ਦੇਖੋ ਹਿਰਦੈ ਵਿਚਾਰ, ਵਿਚਾਰ ਦੇਖੋ ਹਿਰਦੈ ਵਿਚਾਰ। ਸਤਿਗੁਰੂ ਸਾਹਿਬ ਜੀ ਕਹਿੰਦੇ ਵੀ ਆਪਣੇ ਹਿਰਦੇ ਵਿੱਚ ਭਾਵੇਂ ਗੁਰ ਸ਼ਬਦ ਦੁਆਰਾ ਵਿਚਾਰ ਕਰਕੇ ਵੇਖ ਲਓ, ਭਾਵੇਂ ਦੇਖੋ, ਕਹਿੰਦੇ ਵੇਖੋ ਚੰਗੀ ਤਰ੍ਹਾਂ। ਵੇਖਣਾ ਕੀ ਹੈ ਇੱਥੇ, ਕਹਿੰਦੇ ਐਨ ਝਾਤੀ ਮਾਰ ਕੇ ਵੇਖੋ, ਹਿਰਦੈ ਹਿਰਦੇ ਦੇ ਵਿੱਚ ਵਿਚਾਰ ਕਰੋ ਗੁਰ ਸ਼ਬਦ ਕੀ ਕਹਿ ਰਿਹਾ, ਅਸੀਂ ਕੀ ਕਰ ਰਹੇ ਹਾਂ, ਗੁਰੂ ਸਾਹਿਬ ਦੀ ਸਿੱਖਿਆ ਕੀ ਹੈ, ਅਸੀਂ ਕਿਹੜੀਆਂ ਗੱਲਾਂ ਕਰ ਰਹੇ। ਕਹਿੰਦੇ ਵਿਚਾਰ ਕਰਕੇ ਵੇਖੋ ਫਿਰ ਚੰਗੀ ਤਰ੍ਹਾਂ। ਪਰਮੇਸ਼ਰ ਦੇ ਨਾਮ ਤੋਂ ਬਿਨਾਂ ਕਦੀ ਵੀ ਆਨੰਦ ਨਹੀਂ ਮਿਲਿਆ, ਕਿਸੇ ਨੂੰ ਇਹ ਸਮਝ ਆਵੇਗੀ। ਨਾਨਕ ਸਾ ਸਵਾਲਿਓ ਸੁਲੱਖਣੀ, ਸਤਿਗੁਰੂ ਸਾਹਿਬ ਜੀ ਕਹਿੰਦੇ ਵੀ ਉਹ ਸਵਾਲਿਓ ਸੁਲਾਉਣੇ ਯੋਗ ਸੁਹਾਗਣ ਹੈ, ਉਹ ਸੁਲੱਖਣੀ ਸ੍ਰੇਸ਼ਟ ਲੱਛਣਾਂ ਵਾਲੀ ਹੈ ਜੋ ਪਤੀ ਨਾਲ ਮਿਲ ਕੇ ਆਗਿਆ ਵਿੱਚ ਚੱਲਦੀ ਹੈ। ਇਸੇ ਪ੍ਰਕਾਰ ਉਹ ਜਿਹੜੀ ਜੀਵ ਇਸਤਰੀ ਹੈ, ਨਾਨਕ ਸਾ ਸਵਾਲਿਓ ਸੁਲਾਉਣੇ ਯੋਗ ਕੀ ਹੈ, ਭਾਵ ਕਿ ਉਹ ਪਰਮੇਸ਼ੁਰ ਦੀ ਭਗਤੀ ਕਰਨ ਵਾਲੀ ਸੁਲਾਉਣੇ ਯੋਗ ਹੈ ਰੂਹ। ਅਤੇ ਸੁਲੱਖਣੀ ਕੀ ਹੈ, ਸ੍ਰੇਸ਼ਟ ਲੱਛਣ ਨੇ ਜਿਹਦੇ ਵਿੱਚ ਸੱਤ ਸੰਤੋਖ ਦਇਆ ਧਰਮ ਖਿਮਾ ਆਦਿਕ ਨਿਮਣ ਸੁਅੱਖਰ ਖਵਣ ਗੁਣ ਜਿਹਵਾ ਮਣੀਆਂ ਮੰਗਤ, ਇਸ ਤਰ੍ਹਾਂ ਦੇ ਜਿਨ੍ਹਾਂ ਦੇ ਵਿੱਚ ਸ੍ਰੇਸ਼ਟ ਲੱਖਣ ਹਨ, ਉਹ ਮਹਾਰਾਜ ਕਹਿੰਦੇ ਧੰਨ ਨੇ ਬੀਬੀਆਂ, ਉਹ ਗੁਰਸਿੱਖ ਪਿਆਰੇ ਸਲਾਘਾ ਯੋਗ ਹਨ। ਜੇ ਰਾਵੀ ਸਿਰਜਣਹਾਰ, ਜਿਹੜੀ ਜੀਵ ਇਸਤਰੀ ਨੂੰ ਰਾਵੀ ਰਾਵਿਆ ਭੋਗਿਆ ਪਾਪ ਸਿਰਜਣਹਾਰ ਪਰਮੇਸ਼ਰ ਨੇ ਆਪਣੇ ਵਿੱਚ ਕਹਿੰਦੇ ਆ ਭੇਦ ਕਰ ਲਿਆ ਹੈ ਪਾਤਸ਼ਾਹ ਜੀ, ਕਹਿੰਦੇ ਉਹ ਸਲਾਘਾ ਯੋਗ ਨੇ, ਉਹ ਸ੍ਰੇਸ਼ਟ ਲੱਛਣਾਂ ਵਾਲੇ ਨੇ ਜਿਨ੍ਹਾਂ ਨੂੰ ਵਾਹਿਗੁਰੂ ਮਿਲਿਆ। ਕਹਿਣ ਨੂੰ ਤਾਂ ਸਾਰੇ ਹੀ ਅਸੀਂ ਕਹਿੰਦੇ ਹਾਂ ਵੀ ਅਸੀਂ ਸੱਚੇ ਸੁੱਚੇ ਹੀ ਹੈ, ਘੱਟ ਤਾਂ ਨਹੀਂ ਕੋਈ ਕਹਾਉਂਦਾ, ਪਰ ਪਾਤਸ਼ਾਹ ਕਹਿੰਦੇ ਵੀ ਅਸਲ 'ਚ ਸਲਾਘਾ ਯੋਗ ਅਤੇ ਸ੍ਰੇਸ਼ਟ ਲੱਛਣਾਂ ਵਾਲੇ ਗੁਣਾਂ ਵਾਲੇ ਉਹੀ ਹਨ ਜਿਨ੍ਹਾਂ ਨੂੰ ਵਾਹਿਗੁਰੂ ਨੇ ਆਪਣੇ ਵਿੱਚ ਅਭੇਦ ਕਰ ਲਿਆ ਹੈ, ਜਿਨ੍ਹਾਂ ਰੂਹਾਂ ਨੇ ਵਾਹਿਗੁਰੂ ਦੇ ਮਿਲਾਪ ਦਾ ਆਨੰਦ ਮਾਣਿਆ ਹੈ। ਮਹੱਲਾ ਤੀਜਾ, ਤੀਸਰੇ ਪਾਤਸ਼ਾਹ ਜੀ ਇਸ ਮਹੱਲੇ ਦੇ ਵਿੱਚ ਇਹ ਮਾਇਆ 'ਚ ਪ੍ਰਵਿਰਤ ਹੋਏ ਮਨਮੁੱਖਾਂ ਦੀ ਵੀ ਹਾਲਤ ਦੱਸਦੇ ਨੇ, ਅਤੇ ਨਾਲ ਇਹ ਵੀ ਦੱਸਦੇ ਵੀ ਕਰਮ ਧਰਮ ਦੇ ਕੁਝ ਕਰ ਤਾਂ ਲੈਂਦੇ ਹਨ, ਪਰ ਉਹ ਵੀ ਆਪਣੀ ਮਾਇਆ ਦੇ ਸਵਾਰਥ ਵਾਸਤੇ। ਮਾਇਆ ਮੋਹ ਗੁਬਾਰ ਹੈ, ਕਹਿੰਦੇ ਜਿਹੜਾ ਮਾਇਆ ਦਾ ਮੋਹ ਹੈ ਨਾ ਸੰਸਾਰ ਦੇ ਜੀਵਾਂ ਨੂੰ ਪਿਆ ਹੋਇਆ, ਇਹ ਗੁਬਾਰ ਹੈ, ਭਾਵ ਕਿ ਅੰਧ ਸਾਗਰ ਦੀ ਨੇ ਆਈ ਹੈ। ਗੁਬਾਰ ਦੇ ਅਰਥ ਕੀਤੇ ਨੇ ਵਿਦਵਾਨਾਂ ਨੇ ਵੀ ਗੁਬਾਰ ਉਹ ਹੁੰਦਾ ਵੀ ਜਿਵੇਂ ਅਸਮਾਨ ਵਿੱਚ ਧੂੜ ਮਿੱਟੀ ਬਹੁਤ ਹੀ ਜ਼ਿਆਦਾ ਚੜ੍ਹ ਜਾਵੇ, ਜੇ ਧੂੜ ਮਿੱਟੀ ਚੜ੍ਹਨ ਕਰਕੇ ਕਹਿੰਦੇ ਵੀ ਹਨੇਰਾ ਹੋ ਜਾਂਦਾ ਹੈ, ਉਹਨੂੰ ਵੀ ਗੁਬਾਰ ਕਹਿੰਦੇ, ਜਿਹਦੇ ਵਿੱਚ ਕੁਝ ਦਿਖਦਾ ਨਾ ਹੋਵੇ, ਕਿਉਂਕਿ ਘੱਟਾ ਮਿੱਟੀ ਅੱਖਾਂ ਨਹੀਂ ਨਾ ਖੋਲ੍ਹਣ ਦਿੰਦਾ, ਇੱਕ ਤਾਂ ਉਹ ਅੱਖਾਂ ਨੀਆਂ ਹੋ ਗਈਆਂ, ਦੂਸਰਾ ਉਹ ਧੂੜ ਮਿੱਟੀ ਜਦੋਂ ਅਸਮਾਨ ਨੂੰ ਚੜ੍ਹ ਗਈ ਤਾਂ ਗੁਬਾਰ ਹਨੇਰਾ ਅੰਧ ਹਨੇਰਾ ਹੋ ਗਿਆ, ਅਤੇ ਜਾਂ ਫਿਰ ਗੁਬਾਰ ਸਮੁੰਦਰ ਦੇ ਵਿੱਚ ਜਦੋਂ ਧੁੰਦ ਪੈ ਜਾਂਦੀ ਹੈ ਨਾ, ਅਤੇ ਸਮੁੰਦਰ ਦੇ ਵਿੱਚ ਧੁੰਦ ਪੈਣ ਕਰਕੇ ਜਿਹੜੇ ਸਮੁੰਦਰ ਦੇ ਬੇੜਿਆਂ 'ਤੇ ਚੱਲਦੇ ਹਨ, ਕਹਿੰਦੇ ਫਿਰ ਉਹ ਉਹਨਾਂ ਨੂੰ ਤੰਗੀ ਆ ਜਾਂਦੀ, ਉਹਨਾਂ ਨੂੰ ਦਿਖਦਾ ਕੁਝ ਨਹੀਂ ਹੈ, ਫਿਰ ਉਹ ਦਿਸ਼ਾ ਨਹੀਂ ਕੋਈ ਭਾਲ ਪਾਉਂਦੇ ਚੰਗੀ ਤਰ੍ਹਾਂ, ਧੱਕੇ ਖਾਂਦੇ ਹਨ। ਉਹ ਪ੍ਰਕਰਨ ਲਿਆ ਹੈ ਵੀ ਜਿਵੇਂ ਅੰਧਾ ਸਮੁੰਦਰ ਹੁੰਦਾ ਹੈ ਜਿੱਥੇ ਗੁਬਾਰ ਬਹੁਤ ਧੁੰਦ ਹਨੇਰਾ ਹੋਵੇ, ਧੁੰਦ ਪੈ ਜਾਵੇ ਅਤੇ ਸਮੁੰਦਰ ਦੇ ਵਿੱਚ ਚਾਰ ਸਵੇਰੇ ਦਿਖੇ ਨਾ ਵੀ ਕਿਸ ਪਾਸੇ ਨੂੰ ਜਾਣਾ ਹੈ, ਕਹਿੰਦੇ ਵੀ ਜਿਹੜੀ ਹਾਲਤ ਉਹ ਹੁੰਦੀ ਹੈ ਨਾ, ਇਸੇ ਤਰ੍ਹਾਂ ਮਾਇਆ ਦਾ ਮੋਹ ਹੈ, ਬੰਦੇ ਨੂੰ ਲੱਗਦਾ ਤਾਂ ਠੀਕ ਹੈ ਪਰ ਸੰਸਾਰ ਦੇ ਵਿੱਚ ਜੋ ਮਾਇਆ ਦਾ ਪਦਾਰਥਾਂ ਦਾ ਮੋਹ ਹੈ, ਇਹ ਕਹਿੰਦੇ ਵੀ ਗੁਬਾਰ
ਅੰਧ ਸਾਗਰ ਦੀ ਨੇ ਆਈ ਹੈ, ਸਮੁੰਦਰ ਵਿੱਚ ਫਸੇ ਹੋਏ ਨੂੰ ਜਿਵੇਂ ਧੁੰਦ ਕਰਕੇ ਕੁਝ ਦਿਖਦਾ ਨਹੀਂ, ਐਸੀ ਹਾਲਤ ਹੋ ਰਹੀ ਮੋਹ ਕਰਕੇ ਜੀਵਾਂ ਦੀ। ਦਿਸਦਾ ਨਾ ਦਿਸੈ ਔਰ ਵਾਰ ਨਾ ਪਾਰ, ਮੁਕਤੇ ਹੈ ਦਿਸਦਾ ਨਾ ਦਿਸੈ ਔਰ ਵਾਰ ਨਾ ਪਾਰ। ਕਹਿੰਦੇ ਵੀ ਜੋ ਉਹ ਸੰਸਾਰ ਸਾਗਰ ਹੈ ਨਾ ਸਮੁੰਦਰ, ਜਦੋਂ ਧੁੰਦ ਪੈ ਜਾਂਦੀ ਉਹਦਾ ਉਰਲਾ ਪਰਲਾ ਪਾਸਾ ਕਿਨਾਰਾ ਕੁਝ ਵੀ ਨਹੀਂ ਦਿਖਦਾ ਉਹਨਾਂ ਨੂੰ ਫਿਰ। ਇਸੇ ਤਰ੍ਹਾਂ ਇਹ ਸੰਸਾਰ ਸਮੁੰਦਰ ਹੈ ਜੋ ਮਾਇਆ ਮੋਹ ਦਾ ਕਹਿੰਦੇ ਅੰਧ ਗੁਬਾਰ ਹੈ, ਇਸ ਦਾ ਨਾ ਦਿਸੈ ਔਰ ਵਾਰ, ਨਾ ਤਾਂ ਇਹਦਾ ਉਰਲਾ ਪਾਸਾ ਦਿਖਦਾ ਹੈ, ਇਹਦੀ ਉਤਪਤੀ ਦਾ ਵੀ ਨਹੀਂ ਪਤਾ ਲੱਗਦਾ ਵੀ ਇਹ ਕਦੋਂ ਹੋਈ ਹੈ, ਅਤੇ ਨਾ ਪਾਰ ਦੇ ਨਾ ਪਰਲਾ ਪਾਸਾ ਪਤਾ ਹੈ ਵੀ ਸਮਾਪਤੀ ਕਦੋਂ ਹੋਵੇਗੀ। ਭਾਵ ਸੰਸਾਰ ਵਿੱਚ ਹੀ ਜੀਵ ਮੋਹ ਕਰਕੇ ਮਾਇਆ ਕਰਕੇ ਇੰਨਾ ਖੁੱਭ ਜਾਂਦਾ ਵੀ ਨਾ ਤਾਂ ਇਹ ਜਿਹੜਾ ਕਿਸੇ ਪਾਸੇ ਲੱਗਦਾ ਹੈ, ਅਤੇ ਵਿੱਚ ਵਿਚਾਲੇ ਜੇ ਮਾਇਆ ਦੇ ਮੋਹ ਕਰਕੇ ਹੋਰ ਮਾੜੇ ਚੋਰੀਆਂ ਠੱਗੀਆਂ ਜਾ ਰਹੀਆਂ ਅਤੇ ਲੋਕਾਂ ਨਾਲ ਹੇਰਾ ਫੇਰੀ ਬੇਈਮਾਨੀਆਂ ਮਾਇਆ ਵਾਸਤੇ ਕਰਨ ਵਾਸਤੇ ਲੱਗਾ ਰਹਿੰਦਾ ਹੈ ਹਰ ਸਮੇਂ, ਇਹੀ ਮਾਨੋ ਵੀ ਡੁੱਬ ਰਿਹਾ ਹੈ, ਉਰਲਾ ਪਰਲਾ ਪਾਸਾ ਨਹੀਂ ਦੇਖਦਾ ਇਹ ਸੰਸਾਰ ਸਮੁੰਦਰ ਦਾ। ਭਾਵ ਗੁਰਮੁਖ ਜਨ ਤਾਂ ਤਰ ਜਾਂਦੇ ਹਨ, ਉਹਨਾਂ ਨੂੰ ਤਾਂ ਕਿਨਾਰਾ ਲੱਭ ਜਾਂਦਾ, ਪਰ ਮਾਇਆ ਵਿੱਚ ਮਾਇਆ ਦੇ ਮੋਹ ਵਿੱਚ ਫਸੇ ਹੋਏ ਜੀਵ ਉਹਨਾਂ ਨੂੰ ਸੰਸਾਰ ਵਿੱਚੋਂ ਨਿਕਲਣ ਦਾ ਕੋਈ ਰਾਹ ਹੀ ਨਹੀਂ ਸੁੱਝਦਾ ਉੜਦਾ। ਮਨਮੁਖ ਅਗਿਆਨੀ ਮਹਾ ਦੁੱਖ ਪਾਏ ਦੇ, ਜਿਹੜੇ ਮਨਮੁਖ ਹਨ ਉਹ ਅਗਿਆਨੀ ਨੇ, ਅਗਿਆਨਤਾ ਦਾ ਹਨੇਰਾ ਹੈ ਜਿਸ ਕਰਕੇ ਮਹਾ ਬਹੁਤ ਹੀ ਵੱਡੇ ਦੁੱਖ ਪਾਏ ਦੇ ਪਾਉਂਦੇ ਹਨ ਸਦਾ ਸੰਸਾਰ ਵਿੱਚ ਵੀ ਤੇ ਪਰਲੋਕ ਵਿੱਚ ਵੀ। ਡੁੱਬੇ ਹਰ ਨਾਮ ਵਿਸਾਰ, ਮਹਾਰਾਜ ਉਹ ਡੁੱਬੇ ਕਿਉਂ ਹੈ, ਕਹਿੰਦੇ ਡੁੱਬੇ ਹਰ ਨਾਮ ਵਿਸਾਰ, ਹਰੀ ਪਰਮੇਸ਼ਰ ਦੇ ਨਾਮ ਨੂੰ ਭੁਲਾਉਣ ਕਰਕੇ ਸੰਸਾਰ ਸਮੁੰਦਰ ਦੇ ਵਿੱਚ ਵਿਸ਼ੇ ਵਿਕਾਰਾਂ ਰੂਪੀ ਪਦਾਰਥਾਂ ਰੂਪੀ ਪਾਣੀ ਵਿੱਚ ਹੀ ਡੁੱਬ ਕੇ ਗਰਕ ਹੋ ਗਏ ਹਨ। ਭਲ ਕੇ ਉੱਠ ਬਹੁ ਕਰਮ ਕਮਾਵਹਿ, ਭਾਵੇਂ ਉਹ ਮਨਮੁਖ ਗਿਆਨੀ ਪੁਰਖ ਭਲ ਕੇ ਨੇਤੀ ਹਰ ਰੋਜ਼ ਸਵੇਰੇ ਉੱਠ ਕਰਕੇ ਬਹੁਤ ਤਰ੍ਹਾਂ ਦੇ ਕਹਿੰਦੇ ਵੀ ਸਕਾਮ ਕਰਮ ਵੀ ਕਮਾਉਂਦੇ ਹਨ। ਦੂਜੇ ਭਾਏ ਪਿਆਰ, ਪਰ ਉਹ ਕਰਮ ਕਮਾਉਂਦਿਆਂ ਹੋਇਆਂ ਵਾਹਿਗੁਰੂ ਨੂੰ ਚੇਤੇ ਨਹੀਂ ਕਰਦੇ, ਉਹਨਾਂ ਦਾ ਜਿਹੜਾ ਪਿਆਰ ਹੈ ਨਾ ਦੂਜੇ ਭਾਏ ਦਵੈਤ ਦੇ ਵਿੱਚ ਹੈ। ਸੰਪੈ ਕੋਈ ਸਿਰ ਧਿਆਈ ਹੈ, ਜੇ ਰੱਬ ਨੂੰ ਕੋਈ ਧਿਆਉਂਦਾ ਵੀ ਹੈ ਤਾਂ ਮਾਇਆ ਵਾਸਤੇ ਧਿਆਉਂਦਾ, ਇਸ ਕਰਕੇ ਕਿ ਨਹੀਂ ਧਿਆਉਂਦੇ ਵੀ ਪਾਤਸ਼ਾਹ ਸੂ ਸਾਨੂੰ ਪ੍ਰਾਪਤ ਹੋ ਜਾਏ। ਜੇ ਕੋਈ ਬਾਣੀ ਪੜ੍ਹਦਾ ਹੈ, ਜੇ ਕੋਈ ਪੁੱਛਦਾ ਹੈ ਨਾ ਵੀ ਕਿਹੜਾ ਪਾਠ ਕਰਨਾ ਚਾਹੀਦਾ, ਉਹ ਆਪਣੀ ਲੋੜ ਨਹੀਂ ਪੁੱਛਦਾ, ਕੋਈ ਦੁੱਖ ਦੂਰ ਕਰਨ ਨੂੰ, ਕੋਈ ਪੈਸੇ ਨੂੰ, ਕੋਈ ਕੰਮ ਕਰਨ ਨੂੰ ਮੇਰਾ ਕੰਮ ਹੋ ਜੇ, ਕੋਈ ਕਹਿੰਦਾ ਪੜ੍ਹਾਈ ਪੂਰੀ ਹੋ ਜੇ, ਕੋਈ ਕਹਿੰਦਾ ਵਿਦੇਸ਼ ਚਲਿਆ ਜਾਵਾਂ, ਕੋਈ ਕਹਿੰਦਾ ਘਰ ਬਣ ਜੇ, ਕਹਿੰਦੇ ਬਸ ਮਾਇਆ ਨੂੰ ਹੀ ਧਿਆਉਂਦੇ ਆ, ਕਦੀ ਇਸ ਕਰਕੇ ਕਿ ਨਹੀਂ ਧਿਆਉਂਦੇ ਵੀ ਮਹਾਰਾਜ ਸਾਨੂੰ ਤੂੰ ਪ੍ਰਾਪਤ ਹੋ ਜਾਵੇਂ। ਅਤੇ ਜੇ ਵਾਹਿਗੁਰੂ ਨੂੰ ਪ੍ਰਾਪਤ ਕਰਨ ਲਈ ਧਿਆਉਣ ਫਿਰ ਤਾਂ ਦੁੱਖ ਵੀ ਕੋਈ ਨਾ ਰਹੇ, ਕਿਉਂਕਿ ਸਾਰਾ ਕੁਝ ਤਾਂ ਵਿੱਚ ਹੀ ਆ ਜਾਣਾ ਨਾ ਫਿਰ ਮਾਲਕ ਦੀ ਪ੍ਰਾਪਤੀ ਹੋਣ ਕਰਕੇ। ਪਰ ਅਸਲ ਵਿੱਚ ਮਹਾਰਾਜ ਕਹਿੰਦੇ ਦੁਖੀ ਜੀਵ ਤਾਂ ਨੇ ਵੀ ਨਿੱਤ ਉੱਠਦੇ ਵੀ ਆ, ਕਈ ਕਰਮ ਵੀ ਕਮਾਉਂਦੇ ਆ, ਧਾਰਮਿਕ ਨਿੱਤ ਨਮਿਤ ਪਰਾਹਚਿਤ ਕਰਮ ਕਮਾਉਂਦੇ ਆ, ਪੂਜਾ ਵੀ ਕਰ ਲੈਂਦੇ ਆ, ਕੋਈ ਹੋਰ ਵੀ ਕੁਝ ਦਾਨ ਵੀ ਦੇ ਦਿੰਦੇ ਆ, ਧਾਰਮਿਕ ਸਥਾਨਾਂ 'ਤੇ ਵੀ ਚਲੇ ਜਾਂਦੇ ਆ, ਪਰ ਪਿਆਰ ਦੂਜੇ ਭਾਵ ਵਿੱਚ ਹੈ, ਪਰ ਪਿਆਰ ਮਾਇਆ ਵਿੱਚ ਹੀ ਹੈ, ਕੇਵਲ ਸੂਈ ਉੱਥੇ ਹੀ ਅਟਕੀ ਹੈ। ਭਾਵੇਂ ਗੁਰੂ ਘਰ ਆਏ, ਭਾਵੇਂ ਘਰੇ ਬੈਠੇ ਹੈ, ਭਾਵੇਂ ਦੁਕਾਨ 'ਤੇ ਹੈ, ਵਪਾਰ 'ਤੇ ਹੈ, ਕਿਤੇ ਵੀ ਹੈ, ਪਾਠ ਕਰ ਰਹੇ ਹੈ, ਨਹੀਂ ਕਰ ਰਹੇ, ਟੀ ਵੀ ਗਾੜੀ ਬੈਠੇ, ਪਰ ਸੂਈ ਮਾਇਆ ਵੱਲ ਹੀ ਹੈ, ਸੂਈ ਸੰਸਾਰ ਦੇ ਮੋਹ 'ਤੇ ਸਾਡੀ ਅੜਕੀ ਹੋਈ ਹੈ, ਜਿਸ ਕਰਕੇ ਮਹਾਰਾਜ ਕਹਿੰਦੇ ਦੁਖੀ ਹੁੰਦੇ ਹਨ ਜੀਵ। ਸਤਿਗੁਰ ਸੇਵੈ ਆਪਣਾ, ਮਹਾਰਾਜ ਸੁੱਖ ਨਹੀਂ ਮਿਲ ਸਕਦਾ, ਕਹਿੰਦੇ ਮਿਲ ਤਾਂ ਸਕਦਾ, ਸਤਿਗੁਰ ਸੇਵੈ ਆਪਣਾ, ਆਪਣੇ ਜਾਣ ਕੇ ਜੇ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਸੇਵਾ ਕਰਨ,
ਮਹਾਰਾਜ ਦਾ ਬਚਨ ਕਮਾਉਣ, ਗੁਰੂ ਸਾਹਿਬ ਦਾ ਜੇ ਪੂਜਣ ਕਰਨ ਤਾਂ ਭੌਜਲ ਉਤਰੇ ਪਾਰ। ਫਿਰ ਜਿਹੜਾ ਇਹ ਭਉ ਭੈ ਦੇ ਜਲ ਦੇ ਨਾਲ ਭਰਿਆ ਹੋਇਆ ਸੰਸਾਰ ਸਮੁੰਦਰ ਹੈ, ਇਹਦੇ ਵਿੱਚੋਂ ਕਹਿੰਦੇ ਵੀ ਪਾਰ ਉਤਰ ਸਕਦੇ ਹਨ, ਨਹੀਂ ਤਾਂ ਅੰਧ ਗੁਬਾਰ ਬਣਿਆ ਰਹਿੰਦਾ, ਵਿਚਕਾਰ ਡੁੱਬਦੇ ਨੇ, ਉਰਲਾ ਪਰਲਾ ਕਿਨਾਰਾ ਨਹੀਂ ਦਿਖਦਾ। ਜੇ ਸਤਿਗੁਰੂ ਸਾਹਿਬ ਜੀ ਦੀ ਸ਼ਰਨ ਆਉਣ ਤਾਂ ਮਹਾਰਾਜ ਨਾਮ ਦੇ ਜਹਾਜ਼ 'ਤੇ ਚੜ੍ਹਾ ਕਰਕੇ ਪਾਰ ਕਰ ਦਿੰਦੇ ਹਨ। ਪਾਰ ਕਰਨਾ ਇਹੀ ਹੈ ਵੀ ਇਹ ਮਾੜੇ ਕੰਮਾਂ ਤੋਂ ਬਚਾ ਲੈਂਦੇ ਨੇ, ਸਤਿਗੁਰੂ ਸਾਹਿਬ ਜੀ ਨੇਕ ਜੀਵਨ ਬਣਾ ਦਿੰਦੇ ਹਨ ਤੇ ਮੁਕਤ ਕਰ ਦਿੰਦੇ ਨੇ। ਨਾਨਕ ਗੁਰਮੁਖ ਸੱਚ ਸਮਾਵ ਹੈ। ਧੰਨ ਗੁਰੂ ਰਾਮ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਜਿਹੜੇ ਗੁਰਮੁਖ ਨੇ, ਜਿਹੜੇ ਗੁਰੂ ਨੂੰ ਮੁੱਖ ਰੱਖਦੇ ਹਰ ਗੱਲੇ, ਉਹ ਗੁਰਮੁਖ ਗੁਰਾਂ ਦੁਆਰਾ ਸੱਚ ਦੇ ਵਿੱਚ ਸੱਚ ਸਰੂਪ ਵਿੱਚ ਹੀ ਸਮਾਵੇ ਸਮਾਏ ਰਹਿੰਦੇ ਹਨ। ਸੱਚ ਨਾਮ ਉਰ ਧਾਰ ਕਿਵੇਂ ਸਮਾਉਂਦੇ ਨੇ, ਕਹਿੰਦੇ ਸੱਚੇ ਵਾਹਿਗੁਰੂ ਦੇ ਨਾਮ ਨੂੰ ਹਿਰਦੇ ਵਿੱਚ ਧਾਰਨ ਕਰਕੇ ਰੱਖਣਾ ਕਰੇ, ਉਹ ਆਪਣੇ ਅੰਦਰ ਨਾਮ ਨੂੰ ਧਾਰਨ ਕਰਦੇ ਨਾਮ ਸਮਦੇ ਨੇ ਤੇ ਵਾਹਿਗੁਰੂ ਵਿੱਚ ਹੀ ਮਿਲ ਜਾਂਦੇ ਹਨ। ਪੌੜੀ ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਪੌੜੀ 'ਚ ਦੱਸਦੇ ਨੇ ਵੀ ਜੋ ਤੀਸਰੇ ਸਤਿਗੁਰਾਂ ਕਿਹਾ ਨਾ ਵੀ ਸੱਚੇ ਦੇ ਵਿੱਚ ਸਮਾ ਜਾਂਦੇ ਹਨ। ਮਹਾਰਾਜ ਉਹ ਸੱਚਾ ਕਿੱਥੇ ਕਿੱਥੇ ਰਹਿੰਦਾ ਹੈ ਤਾਂ ਚੌਥੇ ਪਾਤਸ਼ਾਹ ਦੱਸਦੇ ਹਨ। ਹਰ ਜਲ ਥਲ ਮਹੀਅਲ ਭਰਪੂਰ, ਹਰੀ ਵਾਹਿਗੁਰੂ ਜਿਹੜਾ ਹੈ ਨਾ, ਹਰ ਜਲ ਥਲ ਮਹੀਅਲ ਮੁੱਖ ਪਾਠ ਏਦਾਂ ਇਕੱਠਾ ਹੀ ਹੈ ਤੇ ਦੂਜਾ ਮਹੀ ਅਲ ਵੀ ਹੈ। ਹਰੀ ਪਰਮੇਸ਼ਰ ਜੋ ਹੈ ਉਹ ਜਲ ਪਾਣੀ ਵਿੱਚ ਵੀ, ਥਲ ਮਾਰੂ ਥਲਾਂ ਦੇ ਵਿੱਚ ਖੁਸ਼ਕ ਥਾਵਾਂ ਦੇ ਵੀ, ਮਹੀਅਲ ਵਿੱਚ ਕਹਿੰਦੇ ਭਰਪੂਰ ਪਰਿਪੂਰਨ ਹੋ ਰਿਹਾ, ਵਿਆਪਕ ਹੋ ਰਿਹਾ ਹੈ। ਅਥਵਾ ਹਰ ਜਲ ਥਲ ਮਹੀ ਅਲ ਭਰਪੂਰ ਹੈ, ਕਹਿੰਦੇ ਹਰੀ ਪਰਮੇਸ਼ਰ ਜਲ ਸਭ ਪਾਣੀ ਵਾਲੀਆਂ ਥਾਵਾਂ 'ਤੇ, ਥਲ ਖੁਸ਼ਕ ਥਾਵਾਂ ਮਾਰੂ ਥਲ ਦੇ ਵਿੱਚ ਵੀ ਅਤੇ ਮਹੀ ਸਾਰੀ ਧਰਤੀ ਦੇ ਵਿੱਚ, ਅਲ ਆਕਾਸ਼ ਦੇ ਵਿੱਚ ਭਰਪੂਰ ਵਿਆਪਕ ਹੋ ਰਿਹਾ, ਉਹ ਤਾਂ ਸਭ ਥਾਵਾਂ ਤੇ ਇੱਕੋ ਜਿਹਾ ਹੀ ਵਸਿਆ ਹੈ। ਦੂਜਾ ਨਾ ਹੈ ਕੋਈ, ਗੱਲ ਕੀ ਆ ਭਾਈ, ਸਮਝ ਲਓ ਵੀ ਉਸ ਮਾਲਕ ਤੋਂ ਬਗੈਰ ਦੂਜਾ ਹੋਰ ਕੋਈ ਵੀ ਨਹੀਂ ਆਏ ਹੋ। ਇਸ ਸੰਸਾਰ ਤੋਂ ਜੋ ਦੇਖਦੇ ਹੋ ਹਰ ਕਾ ਰੂਪ ਹੈ, ਰੱਬ ਦਾ ਹੀ ਰੂਪ ਹੈ ਸਾਰਾ। ਇਹ ਜਲ ਤਰੰਗ ਦੀ ਨਿਆ ਹੀ ਸੰਸਾਰ ਬਣਾਇਆ ਉਸ ਪਰਮੇਸ਼ਰ ਨੇ, ਜਿਵੇਂ ਹਵਾ ਵਗੇ ਤੋਂ ਪਾਣੀ 'ਚ ਤਰੰਗਾਂ ਲਹਿਰਾਂ ਉੱਠਦੀਆਂ ਨੇ ਪਰ ਹੁੰਦੀਆਂ ਤੇ ਪਾਣੀ ਦਾ ਰੂਪ ਹੀ ਹੈ ਨਾ, ਇਵੇਂ ਜਦੋਂ ਪਰਮੇਸ਼ਰ ਆਪਣੇ ਨਾਲੋਂ ਮਾਇਆ ਦੀ ਹਵਾ 'ਚ ਲਾਉਂਦਾ ਹੈ ਤਾਂ ਫਿਰ ਆਪਣੇ ਸਮੁੰਦਰ ਵਰਗੇ ਸਰੂਪ ਤੋਂ ਇਹ ਲਹਿਰਾਂ ਵਰਗਾ ਸੰਸਾਰ ਅਤੇ ਜੀਵ ਜੰਤੂ ਪੈਦਾ ਕਰ ਦਿੰਦਾ ਹੈ, ਉਸ ਵਾਹਿਗੁਰੂ ਦਾ ਹੀ ਰੂਪ ਹੈ। ਇਸ ਕਰਕੇ ਭਾਈ ਸਭ ਥਾਵਾਂ 'ਤੇ ਪਰਿਪੂਰਨ ਹੈ, ਦੂਜਾ ਹੈ ਹੀ ਨਹੀਂ ਕੋਈ ਉਸ ਮਾਲਕ ਤੋਂ ਬਿਨਾਂ, ਕੋਈ ਐਸੀ ਦੂਜੀ ਸ਼ੈ ਹੈ ਹੀ ਨਹੀਂ ਹੈ, ਸਭ ਕੁਝ ਵਾਹਿਗੁਰੂ ਹੀ ਵਾਹਿਗੁਰੂ ਤੇ ਉਹਦਾ ਹੀ ਰੂਪ ਹੈ। ਹਰ ਆਪ ਬਹਿ ਕਰੇ ਨਿਆਓ, ਫਿਰ ਵੇਖੋ ਵੀ ਉਹ ਹਰੀ ਪਰਮੇਸ਼ਰ ਆਪ ਸਾਰਿਆਂ ਦੇ ਦਿਲਾਂ ਵਿੱਚ ਬੈਠਾ ਹੋਇਆ ਤੇ ਨਿਆਓ ਇਨਸਾਫ ਕਰਦਾ ਹੈ, ਸੱਤ ਤੇ ਅਸੱਤ ਦਾ ਨਿਰਣਾ ਕਰਦਾ ਹੈ, ਆਪ ਸਾਰਿਆਂ ਦੇ ਨਾਲ ਜਿਹੋ ਜਿਹੇ ਕੋਈ ਕਰਮ ਕਰੇ ਉਹੋ ਜਿਹਾ ਹੀ ਨਿਬੇੜਾ ਕਰਦਾ ਏ। ਕੂੜਿਆਰ ਸਭ ਮਾਰ ਕਢੋਏ, ਕੂੜਿਆਰ ਨੇ ਝੂਠੇ ਪੁਰਖ ਝੂਠ ਬੋਲਦੇ ਝੂਠੇ ਭੈੜੇ ਕੰਮਾਂ 'ਚ ਲੱਗੇ ਉਹਨਾਂ ਸਾਰਿਆਂ ਨੂੰ ਮਾਰ ਮਾਰ ਕੇ ਕਹਿੰਦੇ ਕਢੋਏ ਕੱਢ ਦਿੰਦਾ, ਆਪਣੇ ਦਰਬਾਰ 'ਚੋਂ ਬਾਹਰ ਕੱਢ ਦਿੰਦਾ। ਕਿੱਥੇ ਕੱਢਦਾ, ਕਹਿੰਦੇ ਜਾਓ ਨਰਕਾਂ 'ਚ ਪਾਓ, ਜੁਨੀਆਂ 'ਚ ਪਾਓ, ਖਾਓ ਧੱਕੇ। ਨਿੰਦਾ ਕਰਦੇ ਸੀ, ਕਹਿੰਦੇ ਬਣੋ ਹੁਣ ਸੂਰ, ਖਾਓ ਗੰਦਗੀ। ਮਾਇਆ ਦਾ ਪਿਆਰ ਸੀ, ਸਭ ਬਣ ਕੇ ਤੁਰੇ ਫਿਰੋ। ਇਸ ਤਰ੍ਹਾਂ ਪਰਮੇਸ਼ਰ ਅਕਾਲ ਪੁਰਖ ਮਾਰ ਕੇ ਕਹਿੰਦੇ ਉਹਨਾਂ ਨੂੰ ਕਢਾ ਦਿੰਦਾ, ਜਿਹੜੇ ਤੇ ਪੁਰਖ ਕੂੜੇ ਆਰ ਝੂਠੇ ਨੇ,
ਝੂਠੇ ਪੁਰਖਾਂ ਨੂੰ ਕੋਈ ਥਾਂ ਨਹੀਂ ਮਾਲਕ ਦੇ ਹਜ਼ੂਰ, ਨਰਕਾਂ ਵਿੱਚ ਜੂਨੀਆਂ 'ਚ ਪਾਏ ਜਾਂਦੇ ਹਨ। ਸਤਿਆਰਾ ਦੇ ਵਡਿਆਈ, ਸਤਿਆਰਾ ਦੇ ਵਡਿਆਈ, ਜਿਹੜੇ ਸਚਿਆਰ ਪੁਰਖ ਹਨ, ਸਚਿਆਈ 'ਤੇ ਚੱਲਦੇ ਨੇ, ਜਿਹੜੇ ਵਾਹਿਗੁਰੂ ਦੇ ਨਾਮ ਨੂੰ ਜਪਦੇ, ਉਹਨਾਂ ਨੂੰ ਮਾਲਕ ਆਪਣੇ ਸਰੂਪ ਵਿੱਚ ਅਭੇਦ ਕਰਨ ਰੂਪੀ ਵਡਿਆਈ ਬਖਸ਼ ਦਿੰਦਾ ਹੈ। ਹਰ ਧਰਮ ਨਿਆਉ ਕੀ ਹੋਏ, ਹਰੀ ਪਰਮੇਸ਼ਰ ਨੇ ਧਰਮ ਦਾ ਹੀ ਨਿਆਉ ਸਾਧ ਸੰਗਤ ਕੀਤਾ ਹੈ। ਉਹ ਧਰਮ ਦਾ ਨਿਆਉ ਕਰਨ ਦਾ ਭਾਵ ਕਿ ਇਨਸਾਫ ਪਸੰਦ ਹੈ ਵਾਹਿਗੁਰੂ, ਉਂਝ ਵਾਹਿਗੁਰੂ ਇਨਸਾਫ ਕਰਦਾ ਏ, ਪਰ ਜੀਵ ਨੂੰ ਕਦੀ ਇਨਸਾਫ ਨਹੀਂ ਮੰਗਣਾ ਚਾਹੀਦਾ, ਇਹਨੂੰ ਤਾਂ ਫਜ਼ਲ ਹੀ ਮੰਗਣਾ ਚਾਹੀਦਾ ਹੈ, ਇਹਨੂੰ ਤਾਂ ਕਿਰਪਾ ਹੀ ਮੰਗਣੀ ਚਾਹੀਦੀ ਹੈ। ਕਿਉਂਕਿ ਇਨਸਾਫ ਤਾਂ ਮੰਗੀਏ ਨਾ ਜੀ ਅਸੀਂ ਬਹੁਤ ਸੱਚੇ ਸੁੱਚੇ ਹੋਈਏ, ਵੀ ਫਿਰ ਤਾਂ ਕਹੀਏ ਵੀ ਕਰੋ ਇਨਸਾਫ, ਪਰ ਸਾਡੇ ਵਿੱਚ ਅਨੇਕਾਂ ਹੀ ਕਾਣ ਹਨ, ਅਨੇਕਾਂ ਹੀ ਕਮੀਆਂ, ਅਨੇਕਾਂ ਹੀ ਔਗਣ ਨੇ। ਰੱਬ ਇਨਸਾਫ ਕਰਦਾ ਹੈ, ਇਹ ਗੱਲ ਪੱਕੀ ਹੈ ਵੀ ਉਹ ਕਦੀ ਵੀ ਜਿਹੜਾ ਝੂਠੇ ਪੁਰਖ ਹੈ ਉਹਨਾਂ ਨੂੰ ਛੱਡਦਾ ਨਹੀਂ, ਅਤੇ ਸੱਚਿਆਈ ਵਾਲੇ ਜਿਹੜੇ ਹਨ ਉਹਨਾਂ ਨੂੰ ਨੁਕਸਾਨ ਨਹੀਂ ਦਿੰਦਾ। ਪਰ ਸੱਚਿਆਈ ਵਾਲਾ ਤਾਂ ਕੋਈ ਇੱਕ ਅੱਧਾ ਹੀ ਹੁੰਦਾ ਹੈ ਨਾ, ਬਹੁਤੇ ਤਾਂ ਆਪਾਂ ਕੂੜੇ ਆ ਰਹੀ ਹਾਂ, ਫਿਰ ਤਾਂ ਬਖਸ਼ੇ ਨਹੀਂ ਜਾਵਾਂਗੇ, ਮਾਰ ਕੇ ਕੱਢ ਦੂਗਾ ਸਾਰਿਆਂ ਦੇ ਤਾਈ। ਇਸ ਲਈ ਸਦਾ ਬੇਨਤੀ ਕਰੇ ਮਹਾਰਾਜ, ਸਾਡੇ ਕੋਲ ਚੰਗੇ ਹੀ ਕਰਮ ਕਰਾ, ਸਾਡੇ ਕੋਲ ਉਹ ਕੰਮ ਕਰਾ ਜਿਹੜੇ ਤੈਨੂੰ ਚੰਗੇ ਲੱਗਣ, ਜਿਨ੍ਹਾਂ ਕਰਕੇ ਤੂੰ ਸਾਨੂੰ ਬਖਸ਼ ਲੈਣਾ ਕਰੇ। ਧੰਨ ਗੁਰੂ ਰਾਮਦਾਸ ਸਾਹਿਬ ਕਹਿੰਦੇ ਹਰੀ ਪਰਮੇਸ਼ਰ ਜਿਹੜਾ ਹੈ ਸੱਚਿਆਂ ਨੂੰ ਵਡਿਆਈਆਂ ਦਿੰਦਾ ਏ ਅਤੇ ਧਰਮ ਦਾ ਨਿਆਂ ਕਰਦਾ, ਇੱਦਾਂ ਨਹੀਂ ਵੀ ਰਿਸ਼ਵਤਾਂ ਲੈ ਕੇ ਵੱਡੀਆਂ ਲੈ ਕੇ ਅਤੇ ਝੂਠੇ ਬੰਦੇ ਦੇ ਹੱਕ ਦੇ ਵਿੱਚ ਫੈਸਲਾ ਦੇ ਦੂਗਾ। ਇਹ ਇੱਥੇ ਅਦਾਲਤਾਂ 'ਚ ਚੱਲਦਾ, ਇੱਥੇ ਵਕੀਲ ਜੱਜ ਸਭ ਵਿਕ ਜਾਂਦੇ ਨੇ ਅਤੇ ਵਿਕਦੇ ਹੀ ਨੇ, ਕੋਈ ਕੋਈ ਧਰਮੀ ਹੁੰਦਾ, ਪਰ ਪਰਮੇਸ਼ੁਰ ਦਾ ਜਿਹੜਾ ਨਿਆਂ ਹੈ ਉਹ ਧਰਮ ਦਾ ਹੈ, ਧਰਮ ਦਾ ਇਨਸਾਫ ਕਰਦਾ ਹੈ ਵਾਹਿਗੁਰੂ। ਸਭ ਹਰ ਕੀ ਕਰੋ ਉਸਤਤ, ਪਾਤਸ਼ਾਹ ਕਹਿੰਦੇ ਵੀ ਸਾਰੇ ਹੀ ਜਿਹੜੇ ਤੁਸੀਂ ਮਿਲ ਕੇ ਸਤ ਸੰਗਤ ਰੂਪ ਵਿੱਚ ਉਸ ਹਰੀ ਵਾਹਿਗੁਰੂ ਦੀ ਉਸਤਤ ਕਰੋ ਭਾਈ, ਉਹਦੇ ਗੁਣ ਗਾਇਆ ਕਰੋ। ਜਿਹਨਾਂ ਗਰੀਬ ਅਨਾਥ ਰਾਖ ਲਿਓ, ਇਸ ਮਾਲਕ ਨੇ ਸਭ ਗਰੀਬਾਂ ਅਨਾਥਾਂ ਨੂੰ ਅਧਰਮੀ ਪੁਰਖਾਂ ਕੋ, ਭੈੜੇ ਪੁਰਖਾਂ ਕੋ ਆਪ ਆਪਣੀ ਮਿਹਰ ਕਰਕੇ ਕਹਿੰਦੇ ਰੱਖ ਲਿਆ ਬਚਾ ਕੇ ਸ਼ਰਨ ਵਿੱਚ। ਜੈਕਾਰ ਕੀ ਉਹ ਧਰਮੀਆਂ ਕਾ, ਜਿਹੜੇ ਧਰਮੀ ਪੁਰਖ ਹਨ ਵਾਹਿਗੁਰੂ ਦੇ ਧਰਮ ਦੇ ਵਿੱਚ ਕਾਇਮ ਹਨ, ਜਿਹੜੇ ਮਰਿਆਦਾ ਵਿੱਚ ਚੱਲਦੇ ਨੇ, ਜਿਹੜੇ ਸਦਾ ਪਰਉਪਕਾਰੀ ਬੰਦਗੀ ਕਰਨ ਵਾਲੇ ਹਨ, ਉਹਨਾਂ ਧਰਮੀਆਂ ਦੀ ਦੋਵਾਂ ਲੋਕਾਂ ਦੀ ਜੈ ਜੈਕਾਰ ਹੁੰਦੀ, ਪਰਮੇਸ਼ਰ ਆਪ ਜੈ ਜੈਕਾਰ ਕਰਾਉਂਦਾ ਏ। ਪਾਪੀ ਕੋ ਡੰਡ ਦੀ ਓਏ, ਜਿਹੜੇ ਪਾਪੀ ਪੁਰਖ ਹਨ ਉਹਨਾਂ ਨੂੰ ਆਪ ਵਾਹਿਗੁਰੂ ਡੰਡ ਦਿੰਦਾ ਹੈ, ਸਜ਼ਾ ਦਿੰਦਾ ਹੈ, ਉਹਨਾਂ ਨੂੰ ਆਪ ਮਾਲਕ ਧੱਕ ਕੇ ਨਰਕਾਂ 'ਚ ਜੂਨਾਂ 'ਚ ਭੇਜਦਾ, ਪਾਪੀਆਂ ਨੂੰ ਡੰਡ ਦਿੰਦਾ ਏ। ਅਤੇ ਜੈ ਜੈਕਾਰ ਕਿਹਨਾਂ ਦੀ ਹੁੰਦੀ ਆ, ਧਰਮੀਆਂ ਦੀ। ਧਰਮੀ ਕੌਣ ਨੇ ਜਿਹੜੇ ਕਹਿੰਦੇ ਨੇ ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਇਵੇਂ ਜੈਕਾਰ ਕੀਓ ਧਰਮੀਆਂ ਕਾ ਪਾਪੀ ਕੋ ਡੰਡ ਦਿਓ ਏ ਪਾਪੀਆਂ ਨੂੰ ਮਾਲਕ ਸਜ਼ਾ ਦਿੰਦਾ ਤੇ ਧਰਮੀ ਪੁਰਖਾਂ ਦੀ ਜੈ ਜੈਕਾਰ ਕਰਾ ਦਿੰਦਾ ਹੈ ਦੋਵਾਂ ਜਹਾਨਾਂ ਵਿੱਚ ਉਹਨਾਂ ਦੀ ਜੈ ਜੈਕਾਰ ਹੁੰਦੀ ਹੈ ਸਤਿਗੁਰੂ ਸਾਹਿਬ ਜੀ ਨੇ ਪਰਮ ਪਵਿੱਤਰ ਉਪਦੇਸ਼ ਦੇ ਵਿੱਚ ਇਹ ਸਾਨੂੰ ਸਮਝਾਇਆ ਹੈ ਵੀ ਆਪਣੇ ਗੁਰੂ ਸਾਹਿਬ ਦੇ ਅੱਗੇ ਝੁੱਕ ਕੇ ਰਿਹਾ ਕਰੋ ਜੇ ਪ੍ਰੇਮ ਨਹੀਂ ਹੈ ਤਾਂ ਸਰੀਰ ਜਿਹੜਾ ਹੈ ਉਹ ਪਿੰਜਰ ਦੀ ਨਿਆਈ ਹੈ ਮਨਮੁਖ ਪੁਰਖ ਹੁੰਦੇ ਨੇ ਜਿਹੜੇ ਧਰਮ ਦਾ ਵਿਖਾਵਾ ਤਾਂ ਕਰਦੇ ਹੈ ਪਰ ਧਰਮ ਵਾਲਾ ਕੋਈ ਗੁਣ ਨਹੀਂ ਹੈ ਗੁਰੂ ਸਾਹਿਬ ਦੀ ਆਗਿਆ ਵਿੱਚ ਚੱਲਣਾ ਪਰਮੇਸ਼ਰ ਦਾ ਨਾਮ ਜਪਣਾ ਇਹੀ ਸਾਡੇ ਜੀਵਨ ਨੂੰ ਕਲਿਆਣਕਾਰੀ ਬਣਾਉਣ ਵਾਲਾ ਹੈ ਅੰਧਕਾਰ ਸੰਸਾਰ ਵਿੱਚੋਂ ਨਾਮ ਹੀ ਪ੍ਰਕਾਸ਼ ਕਰਕੇ ਵਾਹਿਗੁਰੂ ਦੇ ਚਰਨਾਂ 'ਚ ਮਿਲਦਾ ਹੈ ਹੋਈਆਂ ਭੁੱਲਾਂ ਗਲਤੀਆਂ ਦੀ ਮੁਆਫ਼ੀ ਬਖਸ਼ਣੀ ਸਤਿਗੁਰੂ ਤੇ ਮਹਾਰਾਜ ਦੀ ਸੰਗਤ ਬਖਸ਼ਣਹਾਰ ਹੈ ਬਖਸ਼ ਲੈਣਾ ਸਭ ਹਰ ਕੀ ਕਰਹੁ ਉਸਤਤ ਜਿਨਾ ਗਰੀਬ ਅਨਾਥ ਰਾਖ ਲੀਓ ਏ ਜੈਕਾਰ ਕੀਓ ਧਰਮੀਆਂ ਕਾ ਪਾਪੀ ਕੋ ਡੰਡ ਦਿਓ ਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।